ਇੱਕੋ ਹੀ ਦਾਤ ਲੈ ਕੇ ਭਾਈ ਹਕੂਮਤ ਵਾਲਿਆਂ ਨਾਲ ਪੰਗੇ ਲੈਂਦੇ ਉਹਨਾਂ ਨੇ ਖੋ ਲਿਆ ਏਅਰਪੋਰਟ ਤੇ ਫਿਰ ਰਿਹਾ ਪਾਇਲਟ ਪਾਇਲਟਾਂ ਦੇ ਜਿੱਥੇ ਬੈਠੇ ਹੁੰਦੇ ਨਾ ਸਾਰੇ ਚਾਹ ਪੀ ਲਓ ਤੇ ਜਾ ਕੇ ਰਹੇ ਯਾਰ ਸਾਲਮ ਜਾਣਾ ਇੱਟਾਂ ਠੱਕਿਆ ਜਹਾਜ ਲਿਆ ਉਹ ਭਾਈ ਐ ਕਰਕੇ ਉਤਰਦੇ ਆ ਤੇ ਥੋੜਿਆ ਨਾ ਟਾਇਰ ਖੋਲ नैदरलैंड एक मुलक है दुनिया च नैदर दी जैकेट भी उत्थों मिलती हां उत्थे जिन्ने कार ने ना नैदरलैंड च झील टैप आ निजाम अच्छा जी हाँ जी और जिन्ने उत्थे कार ने ना बाद गलियां होंदियां ना गलियां नहीं आ गलियां जगह नहर आ अच्छा यानी तू दरवाजा खोलना वा ते सामने नहर आ ते जे दुकान ते जाना होवे ओ कश्तियां ने अपनियां नैदरलैंड छोटा जिहा टैप एक मतलब इलाका वा हां झील टैप कोई नदी नाले टैप निजाम पानी यानी तुसी घर खोल देना अगे नहर तुसी अपने कश्ती विच रख के निकल जांदे फरीद हुणा ने उत्थे मकान बना लिया बड़े इन्हां नूं छित्तर पे क्यों बार उस झील च भांडे धोंदे पत्तियां डोलंदे ओहदे च यार नहीं ये हो सकदा भी ये फरीद मिंट के बाद बाहर जाके वे यार देखी मेरी कश्ती खड़ी कश्ती नु वायर लग लाया अगर विआह रख लवे कोई फरीद ने भी मकान ले लिया बड़े छित्र पे इना प्यारा लगा बहार है गाची मल मल के कपड़े बहुत खूबसूरत लगा पानी का कलर भी साफ बार पानी सड़क तेन कहना जी उ लिखा हों जगह जगह पानी पे थूकना मना है सड़क पे थूकना मना उ लिखा हों नहर के उ पैदल गुजरने वाले को रास्ता दे नहर का मतलब बन ला के ना पानी कुछ कर रहे थे साफ जी उ पिछे बोर्ड लगा जी आगे काम हो रहा है ਕੌਂਸਲਰ ਬਣ ਗਿਆ ਉਸ ਇਲਾਕੇ ਦਾ ਤੇ ਨਹਿਰ ਤੇ ਜ਼ੈਬਰਾ ਕ੍ਰੈਸਿੰਗ ਬਣਾਉਂਦੇ ਆ ਨਹੀਂ ਕੌਂਸਲਰ ਬਣ ਗਿਆ ਤੇ ਐਂ ਜਾ ਰਿਹਾ ਫਰੀਦ ਉਹਨਾਂ ਨੇ ਲੈ ਲਿਆ ਉੱਥੇ ਦਿਲ ਕਰੇ ਸਾਰੀ ਗਲੀ ਚ ਰਾਜੀ ਯਾਰ ਗਲੀ ਚ ਬਹੁਤ ਰਾਸ਼ ਆ ਉਹੀ ਰਾਸ਼ ਹੋ ਗਿਆ ਇੰਜ ਲਾਈ ਹੋਰ ਬਈ ਹਾਂ ਫਰੀਦ ਉਹਨਾਂ ਨੇ ਵੀ ਲੈ ਲਿਆ ਉੱਥੇ ਮਕਾਨ ਤੇ ਉੱਥੇ ਮੱਝਾਂ ਵਾਰੀਆਂ ਸਾਰੇ ਆਣ ਜਾਣ ਤੋਂ ਬੈਠੇ ਰਾਬ ਲਾ ਕੀਤਾ ਯਾਰ ਪਰੌਣੇ ਆਏ ਤੇ ਬੋਤਲ ਫੜ ਕੇ ਲਿਆ ਭਾਜੀ ਮੈਂ ਹੋਣੀ ਆ नहर का काम हो रहा है लिखा हों नहर च स्लो कश्तियां इंतहाई बाई साइड पर छोटा भरा टूप ते बैठा पाईया दही पड़िया फरीद होरां ने भी उत्थे घर लिया इन्हां कोल ना कश्ती ना टूब इन्हां ने शलवार चों फवा भर के इंज इंज करके जाते सी
ਸਫ਼ਰ ਕਰ ਰਹੇ ਤੇ ਉੱਤੋਂ ਚੜ ਚੜ ਕੇ ਛਾਲਾਂ ਮਾਰਨ ਸਾਹਮਣੇ ਕੋਠੀ ਤੋਂ ਚੜ ਕੇ ਉੱਤੋਂ ਛਾਲ ਮਾਰੀ ਥੱਲੇ ਕਿਸ਼ਤੀ ਆ ਗਈ ਅੱਗੇ ਫੈਸਲ ਸਾਹਿਬ ਨੇ ਉਧਰਲੇ ਇਲਾਕੇ ਚ ਮਕਾਨ ਨੀ ਲਿਆ ਤੇ ਸਾਰੇ ਭਰਾ ਰਲ ਕੇ ਕਹਿੰਦੇ ਨਹਿਰਾਂ ਵਾਲਾ ਇਲਾਕਾ ਇੱਥੇ ਦਵਾਣੇ ਲਾ ਲੈਂਦੇ ਆ ਨਹੀਂ ਫੈਸਲ ਜਦੋਂ ਤੇ ਰਹਿੰਦੇ ਫੈਸਲ ਨੂੰ ਕੋਈ ਕਿਸ਼ਤੀ ਡੁੱਬਣੀ ਡੁੱਬਦਾ ਹੀ ਆਪ ਡੁੱਬਦਾ ਹੀ ਪਾਬੰਦੀ ਲਾਤੀ ਸੀ ਉਹਨਾਂ ਨੇ ਕਿ ਤੂੰ ਬਾਹਰ ਨਿਕਲਦਾ ਨਾ ਪਾਣੀ ਚ ਸਾਡੇ ਘਰਾਂ ਚ ਪਾਣੀ ਵੜਦਾ ਬਾਹਰ ਨਿਕਲਦਾ ਮੈਨੂੰ ਗੋਲਡ ਗਿਫਟਡ ਚੀਜ਼ਾਂ ਹੁੰਦੀਆਂ ਕਿ ਪਾਣੀ ਉੱਤੇ ਲੇਟ ਜਾਂਦਾ ਵਾ ਹਰ ਜਗ੍ਹਾ ਤੇ ਤੂੰ ਦਫ਼ਤਰ ਵੀ ਲੇਟ ਹੀ ਆ ਨਹੀਂ ਨਹੀਂ ਅੱਜ ਕੱਲ ਭਾਈ ਜਲਦੀ ਆ ਰਹੇ ਅੱਜ ਹਾਂ ਨਹੀਂ ਨਹੀਂ ਅੱਜ ਕੱਲ ਤਾਂ ਸੈਟ ਇਹ ਰੋਟੀ ਤੇ ਲੇਟ ਜਾਣਾ ਉਹ ਸਾਜੀ ਨਹਿਰ ਨਾ ਉਹ ਤੇ ਲੰਮੇ ਪਏ ਨਾ ਮੈਂ ਉਹ ਨਹੀਂ ਨਹੀਂ ਕਿ ਬੋਤੇ ਬੋਤੇ ਮੈਨੂੰ ਬਹੁਤ ਘੱਟ ਆ ਸਹੀ ਗੱਲ ਆ ਸੁੱਟਦੇ ਇਦਾਂ ਵਾ ਭਾਈ ਦੋ ਨੇ ਬਾਹਾਂ ਬਣੀ ਤੇ ਭਾਈ ਇਤਨੀ ਪਾਣੀ ਤੇ ਲੰਮੇ ਪਏ ਸਿੱਧਾ ਜੀ ਹੋਇਆ ਜਾਂਦਾ ਅਸਲ 'ਚ ਜਦੋਂ ਪਹਿਲੇ ਜਾਂਦਾ ਨਾ ਹਾਂਜੀ ਉਦੋਂ ਨਹੀਂ ਕੋਈ ਇਦਾਂ ਦਾ ਇਹ ਕੋਈ ਟ੍ਰਿਕ ਆ ਇਹ ਪਹਿਲੇ ਛਾਲ ਮਾਰਦਾ ਥੱਲੇ 15 ਮਿੰਟ ਬਾਅਦ ਫੁੱਲ ਕੇ ਤਾਂ ਆਉਂਦਾ ਫਿਰ ਕਹਿੰਦਾ ਦੇਖ ਲਓ ਭਾਈ ਨੈਦਰਲੈਂਡ ਚ ਰੱਖੇ ਹੁੰਦੇ ਉਹਨਾਂ ਨੇ ਅਮਲੇ ਲੈ ਲਏ ਸਵੇਰੇ ਸਵੇਰੇ ਜਾਲੀ ਵਾਲੀਆਂ ਜੈਕਟਾਂ ਪਾ ਕੇ ਨਹਿਰ ਤੇ ਬੋਕਰ ਫੇਰ ਹੁੰਦੇ ਮੈਂ ਨਹਿਰ ਦੇ ਵਿੱਚ ਖੋਤਾ ਰੇੜੀ ਦੇ ਥੱਲੇ ਉਹਨੇ ਨਾ ਵੱਡਾ ਹਵਾਲਾ ਲਾਇਆ ਵਾ ਅੱਗੇ ਖੋਤੇ ਦੇ ਪੈਰਾਂ ਦੇ ਵੀ ਪਕਾਨੇ ਹਵਾਲੇ ਬਣੇ ਡੁੱਬੇ ਨਾ ਖੋਤਾ ਰੇੜੀ ਆ ਜਾ ਰਹੀ ਸਬਜ਼ੀ ਲੈ ਆਲੂ ਲੈ ਟੀਂਡੇ ਲੈ ਫੈਸਲ ਆਪਣੇ ਸਹੁਰਿਆਂ ਦੇ ਗਿਆ ਤੇ ਜਾ ਕੇ ਉਹਨਾਂ ਨੇ ਕਿਹਾ ਹੋਰ ਸਾਲ ਸੁਣਾ ਫੈਸਲ ਕਿੱਦਾਂ ਤੇ ਪਾਣੀ ਮੂੰਹ ਚ ਕੜ ਕੇ ਦਾ ਠੀਕ ਆ ਕੋਈ ਨੀ ਕਸ਼ਤੀ ਵੱਧ ਗਈ ਕਸ਼ਤੀ ਵੱਧ ਗਈ ਅੱਛਾ ਏਡਾ ਪਾਗਲ ਅੱਛਾ ਬੂਹਾ ਖੜਕਿਆ ਕਿਦਾਂ ਬੂਹਾ ਅੜ ਗਿਆ ਇੱਕ ਮੁੰਡਾ ਕਹਿੰਦਾ ਭਾਜੀ ਨਾਲਦਿਆਂ ਨੇ ਕਸ਼ਤੀ ਕੱਢਣੀ ਆਪਣੀ ਕਸ਼ਤੀ ਥੋੜੀ ਸੈਡ ਅੱਛਾ ਏਡਾ ਪਾਗਲ ਉੱਥੇ ਪ੍ਰਾਹੁਣੇ ਆਉਣੇ ਸੀ ਤੇ ਬਾਹਰ ਚੂਨੇ ਨਾਲ ਪਾਣੀ ਚ ਨੈਨਾ ਲਾਉਣ ਚੰਗੇ ਛਿੱਤਰ ਪਏ ਭਾਈ ਫੈਸਲ ਨੂੰ ਉੱਥੇ 14 ਅਗਸਤ ਵਾਲੇ ਦਿਨ ਕਸ਼ਤੀ ਦਾ ਸਲੰਸਰ ਕਰਕੇ ਬਾਂਗਰੇਜ਼ ਕਸ਼ਤੀ ਦਾ ਸਲੰਸਰ ਖਰਾਬ ਕਰ ਗਿਆ ਇੱਕ ਬੰਦਾ ਬੱਚੇ ਕਿਤੇ ਜਾ ਰਹੇ ਸੀ ਉਹਦੀ ਕਸ਼ਤੀ ਤੇ ਚਾਬੀ ਫੇਰ ਗਿਆ ਬਾਹਰ ਖਲੋਤਾ ਨਾਲ ਇੱਕ ਹੱਥ ਕਸ਼ਤੀ ਚ ਰੱਖਿਆ ਦੂਜਾ ਥੱਲੇ ਆ ਕਰਕੇ ਕਹਿੰਦਾ ਬੇੜਾ ਕਰ ਕਿਹਦਾ ਹੋਇਆ ਹੈ ਅੱਛਾ ਉੱਥੇ ਇਹਦੇ ਨੀ ਡਰ ਪਈ ਟੈਰ ਲਾ ਲੈਂਦੇ ਉੱਥੇ ਡਰ ਹੋਣਾ ਯਾਰ ਚੱਪੂ ਚੁੱਕ ਲੈਂਦੇ ਬਸ ਉਸਤਾਦੀ ਸਬਜ਼ੀ ਵਾਲਾ ਜੋ ਆਵੇ ਉੱਥੇ ਸਬਜ਼ੀ ਦੇਣ ਤੇ ਉਹ ਕਵੇ ਜੀ ਆਲੂ ਲੋ ਗੋਭੀ ਲੋ ਟੀਂਡੇ ਲੋ ਤੇ ਬਾਜੀ ਕਵੇ ਕਿ ਆਲੂ ਦੇ ਹੀ ਦੇ ਉਹ ਕਵੇ ਬਹੁਤ ਤੇਜ਼ ਏ ਮੈਂ ਉੱਤੋਂ ਦੀ ਘੁੰਮ ਕੇ ਆਉਂਦਾ ਵਾ ਇਮਲੀ ਭਾਈ ਨੇ ਵੀ ਉੱਥੇ ਜਗ੍ਹਾ ਲੈ ਲਈ ਇਮਲੀ ਨੇ ਫੇਰ ਫੇਰ ਵੀ ਨਹੀਂ ਨਹਾਤਾ ਉਸਤਾਦੀ ਇਹ ਸਾਰਿਆਂ ਭਰਾਵਾਂ ਨੂੰ ਐਡਵਾਈਸ ਉਸਤਾਈ ਖਾਸ ਤੌਰ ਤੇ ਤੁਹਾਨੂੰ ਕੁਛ ਆਵੇ ਨਾ ਆਵੇ ਜ਼ਿੰਦਗੀ 'ਚ ਲੇਕਿਨ ਸਭ ਨੂੰ ਤੈਰਾਕੀ ਜ਼ਰੂਰ ਆਣੀ ਚਾਹੀਦੀ ਸਵਿਮਿੰਗ ਇਹ ਗੋਰੇ ਦਾ ਕਹਿਣਾ ਇਹਨਾਂ ਦਾ ਕਿ ਦੁਨੀਆ ਦੇ ਹਰ ਇਨਸਾਨ ਨੂੰ ਦੋ ਕੰਮ ਜ਼ਰੂਰ ਹੋਣੇ ਚਾਹੀਦੇ ਇੱਕ ਜਹਾਜ਼ ਚਲਾਉਣਾ ਇੱਕ ਸਵਿਮਿੰਗ ਤੇ ਮੈਨੂੰ ਦੋਵੇਂ ਆਉਂਦੇ ਨੇ ਮੈਂ ਜਹਾਜ਼ ਚਲਾਉਂਦਾ ਸੀ ਸੱਚ ਪਹਿਲਾਂ ਇੱਕ ਜਹਾਜ਼ ਜ਼ਿਆਦਾ ਦਾ ਪੂਰਾ ਘਰ ਚਲਾਉਂਦਾ ਸਭ ਤੋਂ ਜ਼ਿਆਦਾ ਆਸਾਨ ਜਿਹੜਾ ਵਾ ਨਾ ਦੁਨੀਆ ਦਾ ਸਭ ਤੋਂ ਮੁਸ਼ਕਿਲ ਜਿਹੜੀ ਵਹੀਕਲ ਹੈਗੀ ਉਹ ਮੋਟਰ ਬਾਈਕ ਆ ਉਹਦੇ ਤੋਂ ਤੁਸੀਂ ਡਿੱਗ ਜਾਂਦੇ ਹੋ ਕਾਰ ਆਸਾਨ ਸਭ ਤੋਂ ਜ਼ਿਆਦਾ ਆਸਾਨ ਜਹਾਜ਼ ਆ ਏਡਾ ਠੱਕਿਆ ਜਹਾਜ਼ ਲੈ ਲਿਆ ਇਹਨਾਂ ਨੇ ਉਹ ਇੱਦਾਂ ਇੱਦਾਂ ਜਾਣਦੇ ਬਾਕੀ ਲੋਕੀ ਗੱਲਾਂ ਕਰਦੇ ਨੇ ਯਾਰ ਅੱਜ ਮੈਂ ਤੁਰ ਤੁਰ ਕੇ ਥੱਕ ਗਿਆ ਇਹਨਾਂ ਨੇ ਉੱਥੇ ਮਕਾਨ ਲਿਆ ਕਹਿੰਦਾ ਅੱਜ ਯਾਰ ਮੈਂ ਤੈਰ ਤੈਰ ਕੇ ਥੱਕ ਗਿਆ ਘੁੰਮਤ ਵਾਲਿਆਂ ਨਾਲ ਪੰਗੇ ਲੈਂਦੇ ਉਹਨਾਂ ਨੇ ਖੋਲਿਆ ਕਦੀ ਲੈ ਕੇ ਆਣ ਭਾਈ ਇਹਨੇ ਜਹਾਜ਼ ਲੈ ਲਿਆ ਭਾਈ ਫੈਸਲ ਨੇ ਤੇ ਉਹ ਕਿਸੇ ਏਅਰਲਾਈਨ ਨੇ ਨੀ ਲਾਇਆ ਤੇ ਏਅਰਪੋਰਟ ਦੇ ਬਾਹਰੋਂ ਬਾਹਰ ਖਿਲਾਰ ਕੇ ਕਹਿੰਦੇ ਆਖਰੀ ਟਾਈਮ ਆਖਰੀ ਜਹਾਜ਼ ਲਿਆ ਤੇ ਸਵਾਰੀਆਂ ਕਿੰਨੇ ਦਿਨ ਨੂੰ ਬੈਠੀਆਂ ਉਹਦੇ ਚ ਬਿਸਤਰੇ ਰੱਖੇ ਦੋ ਸਵਾਰੀਆਂ ਜਹਾਜ਼ ਚ ਪਾ ਕੇ ਪਰੇ ਜਾ ਕੇ ਥੋੜਾ ਜਿਹਾ ਅੱਗੇ ਤੋਰ ਕੇ ਤੇ ਉਹ ਕਹਿੰਦਾ ਜੀ
ਤੁਸੀਂ ਜਕੌਨ ਦੋ ਸਵਾਰੀਆਂ ਹੋਰ ਪਾ ਲਓ ਉੱਥੇ ਤੇ ਉੱਧਰ ਨੂੰ ਜਾਣਾ। ਏਦਾਂ ਮਾੜਾ ਜਹਾਜ਼ ਸੀ, ਬਾਰੀ ਚ ਖਲੋ ਕੇ ਦੋ ਸਵਾਰੀਆਂ ਬਿਠਾ ਕੇ ਆਂਡਿਆ ਚਲੇ ਜਹਾਜ਼ ਥੋੜਾ ਜਿਹਾ ਤੋਰ ਕੇ ਤੇ ਅਗਲੇ ਜਹਾਜ਼ ਵਾਲੇ ਨੂੰ ਕਹਿੰਦਾ ਯਾਰ ਇਹਨਾਂ ਨੂੰ ਵੀ ਲਾ ਦੀ ਔਰ ਰਿਕਸ਼ਿਆਂ ਵਾਲੇ ਨੇ। ਉਸਾ ਜੀ ਜਿਹੜੇ ਗੋਰੇ ਨੇ ਕਿਹਾ ਕਿ ਜਹਾਜ਼ ਤੇ ਸਵਿਮਿੰਗ, ਉਹਨੇ ਕਿਸ ਲੌਜਿਕ ਨਾਲ ਕਿਹਾ ਮੈਨੂੰ ਇਹ ਦੱਸੋ ਪਹਿਲੇ। ਉਹਨੇ ਕਿਹਾ ਦੁਨੀਆ ਦੇ ਹਰ ਇਨਸਾਨ ਨੂੰ ਜਹਾਜ਼ ਚਲਾਉਣਾ ਆਉਣਾ ਚਾਹੀਦਾ, ਵਜ੍ਹਾ ਤੇ ਸਵਿਮਿੰਗ ਆਉਣੀ ਚਾਹੀਦੀ, ਇਹ ਉਹਨੂੰ ਪੁੱਛ। ਉਹਦੀ ਮੈਂ ਕਿਹਾ ਮੈਨੂੰ ਕਿਹਾ ਜਹਾਜ਼ ਪਤਾ ਕਿਉਂ ਚਲਾਉਣਾ ਦਾ ਉਹਦਾ ਨਾ ਖਾਸ ਤਾਂ ਜਹਾਜ਼ ਦੇ ਵਿੱਚ ਤੁਸੀਂ ਬੈਠੇ ਹੋ ਸਫ਼ਰ ਕਰ ਰਹੇ ਹੋ, ਪੈਲਟ ਦੀ ਤਬੀਅਤ ਖਰਾਬ ਹੋ ਜਾਂਦੀ, ਤੁਸੀਂ ਜਹਾਜ਼ 'ਚ ਨਹੀਂ ਜਹਾਜ਼ਾਂ 'ਚ ਬਹਿੰਦੇ ਹੋ, ਤੁਹਾਡੇ ਨਾਲ ਕੋਹ ਬੈਠਾ ਹੁੰਦਾ ਉਹਦੀ ਵੀ ਹੋ ਜਾਂਦੀ, ਇਕੱਠਿਆਂ ਦੀ ਹੋ ਜਾਂਦੀ, ਉਸ ਨਾਲ ਕੋਹ ਕਰੀਨਾ ਬੈਠਾ ਭਾਈ ਇੰਜ ਤੇ ਨਹੀਂ ਨਾ ਉਹ ਤਦੀ ਉਸ ਉਹਨੇ ਸਾਰਿਆਂ ਨੂੰ ਕਿਹਾ ਹੈ ਕਿ ਜਹਾਜ਼ ਚਲਾਉਣਾ ਆਉਂਦਾ। ਓਏ ਆਟੋ ਪਾਇਲਟ ਅੱਜ ਕੱਲ ਆਟੋ ਪਾਇਲਟ ਤੇ ਲਾ ਕੇ ਸੌਂ ਜਾਂਦੇ ਨੇ। ਉਹ ਮੁਸ਼ਕਲ ਨਹੀਂ, ਸਿਰਫ ਔਰ ਸਿਰਫ ਉਹਦੀ ਜਿਹੜੀ ਉਹ ਬ੍ਰੇਕ ਹੁੰਦੀ ਨਾ, ਉਹ ਹੈਂਡ ਬ੍ਰੇਕ ਜਿਹੜੀ ਹੁੰਦੀ ਉਹਨੂੰ ਲੀਵਰ ਕਹਿੰਦੇ। ਓਏ ਉਹ ਹੈਂਡ ਬ੍ਰੇਕ ਇੱਕਦਮ ਖਿੱਚੋ ਪਿੱਛੋਂ ਇੰਜ ਵੱਜੇ ਜਾ। ਸਰ ਮੇਰੀ ਗੱਲ ਸੁਣੋ, ਜਹਾਜ਼ ਦਾ ਜਿਹਨੂੰ ਹੈਂਡਲ ਤੇ ਕੰਟਰੋਲ ਹੋ ਗਿਆ ਉਹਨੂੰ ਸਾਰਾ ਕੁਝ ਓਕੇ ਆ। ਉਹਨੂੰ ਕਹਿੰਦੇ ਨੇ ਚੈੱਕਲੈਸ, ਜਿਹੜਾ ਖਿੱਚਣਾ ਨਾ ਤੇ ਉਹ ਜੂ ਜੂ ਖਿੱਚਣਾ ਉਹਨੇ ਹੁਣ ਚਲਾਇਆ ਜਹਾਜ਼ ਇੱਕ ਦਿਨ ਪਾਈ ਗਲਤੀ ਨਾ, ਮੈਂ ਉਹਦੀ ਬ੍ਰੇਕ ਦੀ ਤੇ ਰੇਸ ਦਾ ਬਤੀ ਮਸੀ ਪਹਾੜ ਤੋਂ ਬਚਿਆ। ਅੱਛਾ ਜਹਾਜ਼ ਇੱਕ ਸਾਈਡ ਤੇ ਖਿੱਚ ਬੜੀ ਮਾਰਦੇ ਆ ਕਿ ਨਹੀਂ? ਨਹੀਂ ਉਹ ਉਹ ਸਵਾਰੀਆਂ ਪਾਉਣ ਦਾ ਹਿਸਾਬ ਹੁੰਦਾ ਨਾ, ਉਹ ਦਾ ਅਲਾਰੂ ਹੋ ਜਾਂਦਾ ਇੰਜ ਵੀ ਜਾ। ਇੱਕ ਵਾਰੀ ਇੰਜ ਵੀ ਗਿਆ ਇਹਨੇ ਵਿੱਚ ਪਾਣੀ ਵਾਲੀ ਕੈਨਾ ਰੱਖ ਲਈ, ਉਹ ਇੰਜ ਜਾਣ ਦਿਆ। ਨਹੀਂ ਨਹੀਂ ਜਦੋਂ ਜਹਾਜ਼ ਬੈਠ ਰਿਹਾ ਕਹਿਣਾ ਅੱਗੇ ਪਿੱਛੇ ਹੁੰਦੀਆਂ ਸੀ, ਇੰਜ ਜਾਂਦੇ ਤਾਂ ਪਿੱਛੇ ਹੁੰਦੀਆਂ ਸੀ, ਇੰਜ ਹੁੰਦਾ ਸੀ ਪਿੱਛੋਂ, ਇੰਜ ਹੁੰਦੀਆਂ ਸੀ ਇੰਜ ਹੋ ਜਾਂਦਾ। ਬੜਾ ਖਤਰਨਾਕ ਟਰੈਵਲ, ਅੱਲਾ ਮਾਫੀ ਦੇਵੇ। ਸਾਹ ਜੀ ਮੈਂ ਰਿਸਕ, ਮੈਂ ਪੀ ਆਈ ਏ ਚ ਦੁਬਈ ਗਿਆ, ਯਾਨੀ ਤੂੰ ਫੈਸਲਾਬਾਦ ਤੋਂ ਦੁਬਈ ਜਾਣਾ ਨਾ ਪੀ ਆਈ ਏ ਚ, ਤੋਬਾ ਤੋਬਾ ਕਿਸ ਕਿਸਮ ਦੇ ਉਹ ਜਿਹੜੇ ਨੀ ਹੁੰਦੇ ਬੰਦੇ ਇੰਜ ਕਰਦਾ ਦੀ ਗੱਲ ਆ ਵੀ ਮੈਂ ਨਾ 90% ਯਾਨੀ ਮੈਨੂੰ ਪਹਿਲੀ ਵਾਰੀ ਬਾਕੀ ਸਾਰੇ ਜਿਹੜੇ ਆਉਂਦੇ ਜਿਹੜੇ ਬੈਠੇ ਸੀ 90% ਮੈਨੂੰ ਇਹ ਸੀ ਕਿ ਬਈ ਸ਼ਹਾਦਤਨ ਵਜ੍ਹਾ ਸੁਣ ਲਾ ਫਰੀਦ ਖਾਂ ਉਹ ਇੰਜ ਜਾ ਰਿਹਾ ਕਰਿਆ ਤੇਜ਼, ਤੇ ਫਿਰ ਇੱਕ ਵਾਰ ਏ ਹਵਾ ਕੇ ਦਬਾਓ ਕੀ ਵਜ੍ਹਾ ਸੀ ਜਹਾਜ਼ ਪੂਠਾ ਸੀਧੇ ਹੋਣੇ ਕਾ ਖਤਰਾ ਹੈ, ਜ਼ਿਆਦਾ ਖਤਰੇ ਵਾਲੀ ਬਾਤ ਨਹੀਂ ਹੈ, ਮਾਮਲਾ ਕੰਟਰੋਲ ਮੇ ਹੈ, ਆਪ ਸੀਟ ਬੈਲਟ ਬਾਂਧ ਕੇ ਰੱਖੇ। ਉਸ ਤੋਂ ਬਾਅਦ ਹੋਰ ਤੇਜ਼ ਹੋਰ ਤੇਜ਼ ਬੰਦਾ ਯਾਰ, ਮੈਂ ਸਹੀ ਉਦੋਂ ਡਰ ਗਿਆ, ਮੈਂ ਡਰ ਗਿਆ, ਮੈਂ ਅਗਲਾ ਸਾਫ ਲਾ ਰਿਹਾ ਸੀ ਕਿ ਮੈਂ ਮੈਸੇਜ ਫੋਨ ਕੱਢਾਂ ਤੇ ਮੈਂ ਕੀ ਕੋਈ ਐਸਾ ਮੈਸੇਜ ਦੇ ਕੇ ਜਾਵਾਂ ਤੇ ਮੈਂ ਸੈਂਡ ਵੀ ਨਹੀਂ ਹੋਣਾ ਕਿਸੇ ਨੂੰ, ਥੱਲੇ ਮੋਬਾਇਲ ਜੋ ਹੋਵੇ ਤੇ ਮੈਨੂੰ ਸਿੱਟਾਂ ਤੋਂ। ਫਿਰ ਮੈਂ ਬੈਲਟ ਬੰਨ ਲਈ, ਮੈਂ ਸੁਣਿਆ ਸੀ ਕਿ ਸੀਟ ਬੈਲਟ ਤੁਸੀਂ ਘੁੱਟ ਕੇ ਆਪਣੇ ਆਪ ਨੂੰ ਬੰਨ ਲਓਣਾ, ਮਤਲਬ ਲੂਜ਼ ਨਾ ਕਰੋ, ਘੁੱਟ ਕੇ ਬੰਨ ਲਓ ਆਪਣੇ ਆਪ ਨੂੰ, ਕਿਸੇ ਪਾਸੋਂ ਭਾਵੇਂ ਨਾਲ ਦੀਆਂ ਬੈਲਟਾਂ ਚੱਜ ਹੱਥ ਪਾ ਲਓ ਤੇ ਉਹ ਜਾ ਕੇ ਤੈਨੂੰ ਝਟਕੇ ਘੱਟ ਵੱਜਦੇ ਜਿੱਥੇ ਵੀ ਉਹ ਜਾਂਦਾ ਨਾ, ਯਾਨੀ ਤੁਸੀਂ ਇੱਕ ਜਗ੍ਹਾ 'ਤੇ ਬੈਠੇ ਰਹਿੰਦੇ ਜਿੱਥੋਂ ਤੁਸੀਂ ਉਹ ਖੋਲ ਕੇ ਡਰਦੇ ਹੋ ਜੇ ਕਹਿੰਦਾ, ਫਿਰ ਉਹ ਤੁਹਾਨੂੰ ਚੁੱਕ ਚੁੱਕ ਕੇ ਮਾਰਦਾ ਸਵਿਟਜ਼ਰਲੈਂਡ ਔਰ ਬਹਿਰੀਨ, ਦੁਬਈ ਤੁਹਾਡੇ ਨਾਲ ਗਿਆ ਵਾ ਸੱਚੀ ਮੁੱਚੀ, ਬਹਿਰੀਨ ਸਵਿਟਜ਼ਰਲੈਂਡ ਤੇ ਜਾਪਾਨ, ਇਹ ਜਿਹੜੇ ਮੈਂ ਤਿੰਨ ਚਾਰ ਮੁਲਕ ਜਿਹੜੇ ਆਪਣੇ ਅਫਗਾਨਿਸਤਾਨ ਦੀ ਏਜੰਸੀ ਪਈ ਹੈ। ਅੱਛਾ ਬਸ ਉਹ ਜਹਾਜ਼ ਚ ਵੀ ਨੀ ਬੈਠਾ ਸਹੀ ਤਰ੍ਹਾਂ, ਕਿਸੇ ਨੂੰ ਹਮਲਾ ਕੀਤਾ ਨਾ ਜਦੋਂ ਅਮੈਰੀਕਾ ਨੇ, ਉਹਨਾਂ ਨੇ ਕਿਹਾ ਇਹਦੀ ਥੱਲੇ ਨੀ ਕਹਿੰਦੇ ਸੀ, ਉੱਥੋਂ ਹੀ ਵਾਪਸ ਸਿੱਟਣੇ, ਥੱਲੇ ਨੀ ਜਾਣਾ ਸੀ, ਅਫਗਾਨਿਸਤਾਨ ਦੀ ਫੇਰ ਇਹਨਾਂ ਨੂੰ ਅਫਗਾਨਿਸਤਾਨ ਦੀ, ਮੈਂ ਜਾ ਕੇ ਦੇਖਿਆ ਤੂੰ ਬੈਠ ਕੇ ਪਈ ਪਈ ਡਾਲਾ ਬਾਹਰ ਅੰਦਰ ਪਈ। ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਤੋਂ ਅਮੇਰਿਕਾ ਜਾਂ ਯੂਕੇ ਇੱਕੋ ਟੇਕ ਚ ਗੜਵੀ ਦੁੱਧ ਵਾਲੀ
सिर्फ समुंदर दे ब्रेक नहीं कोई कोई रस्ते चो नहीं क्रॉस नहीं सी पैंदा चलो समुंदर सिर्फ पी आई दी फ्लाइट सी हुण ते घर होर जांदियां ने एमिरेट्स जांदी है वो पाकिस्तान ने शुरू कराया दुबई उन्हें फिर अपना मकैनिक पायलट भी दिते फर्स्ट जरा जहाज फ्लाई किया ना दुबई जो पाकिस्तानी पायलट ने किया फिर उन्हें गाने बनाए पंजा सतां दे शीर्त करके उन्हें कहने सुना अच्छा पाइन पाकिस्तानियों दा दिमाग अंज कर दे हां ते करना ही उस्ताद जी उन्हें पलाया जेड़ा पाकिस्तान दा रिकॉर्ड है पायलट है उस्ताद जी उन्हें जहाज नु होना उस्ताद जी जमीन तो सिर्फ इतना फासला है ते इंज खड़ा किया जहाज ठीक है उस तो बाद फिर अमेरिका ने इनाम रखा कि जी इस सुराख दे विचों जेड़ा जहाज कढ़ेगा असीं उन्हें एक जहाज देवांगे जेड़ा एक वारी कढ़ेगा पाकिस्तानी पायलट सीगा उहदा नाम सी शुएब शुएब बिन कुछ इस तरह का नाम सी उहने उस्ताद जी सत्त वारी जहाज कढ़िया उहनू सत्त जहाज मिले जिहड़े कि 1987 की गल है ते पिछले दिनां च मिले उहने अज फार्मूला ला लिया अज भाए नूं छत वल देख रहे छत लैंटर नहीं उह कुड़ी वाकई कहिंदी भाए नूं हवा को मसला बन रहा है जहाज है खैर दी खबर कोई नहीं सिर्फ पहले दो जने तरीका की जेडे समझाउंदी ना शोखी मारन की आदत होंगे जहाज बह के कई बोली जाना कही जाना तो करैक्टर नहीं पता भी की गेम हो रही मोबाइल के सिग्नल बंद आ हूँ जो अद्धे एक रस्ता अद्धा कह के ना घंटे का सफर हो गया तो फोन कट गए हाँ जी शुक्र अल्लाह मैं आ रहा बस मैं कौन सीरीयस तो मैं सारे देख रहे कि कैसा जाहल आदमी है सू पता इतने सिग्नल नहीं आ रहे तो कहानी पा रहे झूठ फिर अद्धे घंटे बाद कट गए आ रहे बस ठीक है थोड़ा कि रह गया बस आ रहे जहाज लैंड करते हैं भी जो लैंड हो रहा उदो भी दस रहे यानी कि सारे रस्ते उन्होंने इन्होंने बेचारे पता कि सारे पता वा कि सिग्नल नहीं होते फैसल ने इना थकिया जहाज बना लिया शाम नोस्टस काम तो जान दी हाथ काले हो सारे कपड़े सीटां दे थले पकाने च पे जे घुट के उहनू ऐ करोगे ते खुल जाणगे जे सीट हीट बेल्ट लाना ते उत्ते तुहाडे फुहारा लगा उहनू कुटोगे ते तुहाडे मुंह नूं साह चढ़ जाएगा जे किते कोई जा किसे शहर च वज्जे ते अपने अपने जिवें औस पौस से आए वे अच्छा पायलट वी ओह वी होए ते पायलट उठ के ते कहे मैं आछी दो मलाई वाली खोए वाली शेखपुरे वाली यार कसम है किते कोई माड़ा इना जेड़ा खराबी हो जांदी ते हुण विच कह रहे हो शी मिल हाय मैं तेरे सच्ची गल दसा मौसम की खराबी की वजह तो हाय मेरा दित दिल घबरा दिया जी कसमे तो ध्यान प्यो हाय कसमे जी कित कोई माड़ा चंगा रौला बन गया मैं तेन छेती ला लागी थोड़ा उरे ला लागी आप थोड़ा पैदल चल जाओगे हाय नाजरीन सारी जिंदगी वायज रही कि बुलंदियां जाइए अज असी 25,000 फुट की बुलंदी ते हाँ जहाज डगमग डोलन डे ते टेंशन ना लेना असी बहुत सोहना काबू करांगे ਡਰਾਈ ਜਾਂਦੇ ਇਧਰੋਂ ਵੀ ਰਸਤਾ ਆਵੇ ਇਧਰੋਂ ਵੀ ਰਸਤਾ ਆਵੇ ਜਿਵੇਂ ਜਿਵੇਂ
ਪਿੱਛੇ ਬੂਆ ਤੇ ਜੇ ਕਿਸੇ ਨੂੰ ਕੋਈ ਮਸਲਾ ਬਣ ਜਾਵੇ ਬਹੁਤਾ ਡਰ ਲੱਗੇ ਤੇ ਮੇਰੇ ਕੋਲ ਆ ਜਾਇਓ ਸਹੀ ਕੀ ਸਫ਼ਰ ਹੋਣਾ ਸੀ ਯਾਰ ਕਸਮੇ ਕੀ ਮਜ਼ੇ ਵਾਲਾ ਸਫ਼ਰ ਹੋਣਾ ਸੀ ਹੈ ਨਾ ਹਾਂ ਸਾਰੇ ਸੁਣ ਲਓ ਜਿੰਨੇ ਵੀ ਬੈਠੇ ਹੋ ਜੇ ਕੋਈ ਹੰਗਾਮੀ ਰੌਲਾ ਬਣ ਜਾਂਦਾ ਨਾ ਇੱਕ ਤੁਹਾਡੇ ਇੱਧਰ ਵੀ ਦਰਵਾਜ਼ਾ ਤੇ ਇੱਕ ਤੁਹਾਡੇ ਇੱਧਰ ਵੀ ਦਰਵਾਜ਼ਾ ਇੱਕ ਤੁਹਾਡੇ ਪਿੱਛੇ ਵੀ ਦਰਵਾਜ਼ਾ ਇੱਕ ਅੱਗੇ ਵੀ ਤੇ ਜੇ ਬਹੁਤਾ ਦਿਲ ਘਬਰਾਵੇ ਤੇ ਮੇਰੇ ਕੋਲ ਆ ਜਾਓ ਆਹ ਤੇ ਨਾਲ ਇੱਕ ਹੋਰ ਕਹਿ ਰਹੀ ਹੋਵੇ ਐ ਥੋੜਾ ਜਿਹਾ ਰਹਿ ਗਿਆ ਦੁਬਈ ਤੇ ਆਪਣਾ ਆਪਣਾ ਸਮਾਨ ਚੁੱਕ ਲੈ ਨੀ ਮੇਰੀ ਕਿੱਟ ਦਾ ਧਿਆਨ ਰੱਖੀ ਇੱਕ ਬੰਦਾ ਕਹੇ ਕਿ ਯਾਰ ਚਾਹ ਲਿਆ ਤੇ ਹਾਏ ਲਿਆਨੀ ਆ ਮਰਨੇ ਆ ਕੀ ਗੱਲ ਤੈਨੂੰ ਬਾਰ ਬਾਰ ਪੜਾਮ ਪੜਾਮ ਲੱਗਾ ਹੋਇਆ ਪਾਣੀ ਪੀਣਾ ਪਾਣੀ ਪੀਣਾ ਨਾ ਐਡਾ ਤੂੰ ਸਾਰੀਆਂ ਸਵਾਰੀਆਂ ਨੂੰ ਪੁੱਛ ਵੀ ਲਵੇਗੀ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਡੈੱਕ ਚ ਲਾ ਲਵਾਂ ਜਿਹੜੀਆਂ ਬਾਹਰ ਨੀ ਖਲੋਤੀ ਹੋ ਸਕਦਾ ਕਹਿਣ ਨੀ ਹੁੰਦੀ ਥੈਂਕ ਯੂ ਵੈਰੀ ਮਚ ਤੇ ਉੱਥੇ ਜੇ ਸੀਮੇ ਖਲੋਤਾ ਬਹਿ ਜਾ ਮੈਂ ਕਹਿੰਦੀ ਚਲੇ ਜਾਣਾ ਅੱਛਾ ਸਰ ਜੀ ਇੱਕ ਹੋਰ ਗੱਲ ਆ ਟੈਲੈਂਟ ਤੇ ਪਾਕਿਸਤਾਨ ਚ ਵਾਕਿਆ ਜਿਵੇਂ ਤੁਸੀਂ ਦੱਸਿਆ ਕਿ ਏਡਾ ਲੰਬਾ ਤਵੀਲ ਸਫ਼ਰ ਪੀ ਆਈ ਏ ਕਰ ਲੈਂਦਾ ਰਿਹਾ ਇਸੇ ਤਰ੍ਹਾਂ ਹੁਣ ਇੱਥੇ ਟੈਲੈਂਟ ਦੀ ਕਮੀ ਨੀ ਆ ਗੱਡੀ ਦਾ ਇੱਕ ਬੰਦਾ ਜੀ ਮੈਂ ਉਸ ਬੰਦੇ ਦੀ ਡਾਕੂਮੈਂਟਰੀ ਸੁਣ ਕੇ ਹੈਰਾਨ ਹੋ ਗਿਆ ਅੱਛਾ ਜੀ ਗੱਟੀ ਆਪਣਾ ਜਿਹੜਾ ਇੱਥੇ ਫੈਸਲਾਬਾਦ ਉਸਤਾਦ ਜੀ ਉਸ ਬੰਦੇ ਨੇ ਤਜਰਬਾ ਕੀਤਾ ਵਾ ਘਰ ਹੀ ਉਹਨੇ ਇੱਕ ਡਿਜੀਟਲ ਗੋਲੀ ਬਣਾਈ ਹੈ ਪਿਸਤੌਲ ਦੀ ਤੇ ਉਹ ਗੋਲੀ ਦੇ ਵਿੱਚ ਨਾ ਤੁਸੀਂ ਕੰਪਿਊਟਰਾਈਜ਼ਡ ਨਾਮ ਟੈਪ ਕਰ ਦੇਣਾ ਯਾਨੀ ਇਹਦਾ ਨਾਮ ਦਾਨਿਸ਼ ਇਹਨੂੰ ਗੋਲੀ ਵੱਜਣੀ ਆ ਇਹਦਾ ਨਾਮ ਟੈਪ ਕਰ ਦੇਣਾ ਤੇ ਗੋਲੀ ਇੰਜ ਕਰਕੇ ਚਲਾ ਦੇਣੀ ਹੈ ਤੇ ਗੋਲੀ ਜਿੱਥੇ ਉਹ ਬੰਦਾ ਹੋਏਗਾ ਨਾ ਉਹਨੂੰ ਜਾ ਕੇ ਉਹਦੇ ਘਰ ਸੁੱਤੇ ਪਏ ਭਾਵੇਂ ਉਹਦੇ ਜਾ ਕੇ ਵੱਜੇ ਆਹੋ ਸਾਜੀ ਹਲਕਾ ਨੰਬਰ ਲਿਖਣਾ ਉਹਦੇ ਵਲਦੀਅਤ ਦਾ ਨਾਮ ਦਾਨਿਸ਼ ਨਾ ਹੋਵੇ ਠੀਕ ਹੈ ਨਾ ਮੈਂ ਕਹਿੰਦੇ ਹਲਕਾ ਨੰਬਰ ਜਦੋਂ ਆ ਜਾਣਾ ਵੋਟ ਦਾ ਨੰਬਰ ਯਾਰ ਉਹਦੇ ਚ ਚਿਪ ਹੁੰਦੀ ਗੋਲੀ ਚ ਮੈਨੂੰ ਸਮਝ ਨਹੀਂ ਆਈ ਗੱਲ ਕਰਦੇ ਉਹ ਯਾਰ ਗੋਲੀ ਇੱਧਰ ਵੇਖ ਚੁੱਪ ਚਿਪ ਦੇ ਵਿੱਚ ਤੁਸੀਂ ਚਿਪ ਨਾਲ ਕਨੈਕਟ ਹੁੰਦਾ ਕੰਪਿਊਟਰ ਕੰਪਿਊਟਰ ਚ ਫੀਡ ਕਰਨਾ ਦਾਨਿਸ਼ ਦਾ ਨਾਮ ਇਹਦੇ ਵਾਲਦ ਦਾ ਨਾਮ ਦਾ ਬਲੱਡ ਗਰੁੱਪ ਕਿਉਂਕਿ ਉਹਨਾਂ ਬਲੱਡ ਜਿਹੜਾ ਉਹ ਨਹੀਂ ਲੱਭਣ ਦੇਣਾ ਚਾਹੀਦਾ ਤਾਂ ਗੋਲੀ ਤੇ ਕੀ ਲਿਖਣਾ ਗੋਲੀ ਦੇ ਉੱਤੇ ਦਾਨਿਸ਼ ਉਹ ਗੋਲੀ ਦੇ ਵਿੱਚ ਸਿਰਫ ਗੋਲੀ ਦੇ ਉੱਤੇ ਲਿਖਿਆ ਹੋਣਾ ਵਾ ਤੂੰ ਲੰਘ ਜਾ ਸਾਡੀ ਖੈਰ ਉਹ ਨਹੀਂ ਯਾਰ ਦਾਨਿਸ਼ ਲੱਭੇ ਨਾ ਲੱਭੇ ਸਪੀਡ 190 ਫੋਨ ਵੀ ਕਿਸ ਟਾਈਮ ਕਰਦੀ ਦਾਨਿਸ਼ ਨੂੰ ਭਾਈ ਆ ਜਾਓ ਮੈਨੇ ਫਿਰ ਕਿਸੇ ਹੋਰ ਕੋ ਵੀ ਭੱਜਣੇ ਜਾਣਾ ਉਹ ਗੋਲੀ ਦੇ ਨਾਲ ਬਕਾਇਦਾ ਮਜ਼ਾਕ ਕਰਾ ਤੋਏ ਬੰਦੇ ਨੇ ਉਹਨੇ ਕਿਹਾ ਮੈਂ ਵਿਆਹ ਤੇ ਹੈਗਾ ਵਾ ਸ਼ਾਮ ਨੂੰ ਆਈ ਤੁਸੀਂ ਸਰਚ ਕਰਕੇ ਵੇਖ ਲਓ ਗੱਡੀ ਦਾ ਬੰਦਾ ਛਪਾਕਾ ਉਹਦਾ ਨਾਮ ਆ ਆਹੋ ਇਹ ਹੋ ਸਕਦਾ ਵੀ ਉਹਦੀ ਸਿਮ ਦੇ ਨੰਬਰ ਦੇ ਨਾਲ ਉਹਦੇ ਸਿਗਨਲ ਕਨੈਕਟ ਕਰਦੇ ਜਿੱਥੇ ਬਾਤ ਹੈ ਤੁਸੀਂ ਦੱਸੋ ਛਪਾਕਾ ਕਰ ਸਕਦਾ ਇੱਧਰ ਛਪਾਕਾ ਕਰ ਸਕਦਾ ਜਿਹੜਾ ਡਰੋਨ ਹੈਗਾ ਡਰੋਨ ਸਾਰਾ ਉਹ ਯਾਰ ਤੂੰ ਤੂੰ ਇਹ ਕਰਨ ਮਾਰਨ ਲਿਆ ਚਵਲਾ ਤੈਨੂੰ ਮੈਂ ਜੈਨੂਇਨ ਦੱਸ ਦਵਾਂ ਮੈਂ ਲਿੰਕ ਦੇ ਦਿਆਂਗਾ ਥਾਈਲੈਂਡ ਦੇ ਵਿੱਚ ਬਾਂਦਰਾਂ ਦਾ ਫੈਸਟੀਵਲ ਹੁੰਦਾ ਵਾ ਬਾਂਦਰਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਬਾਂਦਰਾਂ ਨੂੰ ਇਕੱਠਿਆ ਕਰਕੇ ਸਾਲ ਚ ਉਸ ਤੋਂ ਬਾਅਦ ਉਹਨਾਂ ਨੂੰ ਅੱਛੇ ਅੱਛੇ ਫਲ ਦੱਸ ਦੋ ਵਾਰੀ ਆ ਗਿਆ ਪੁੱਛੇ ਫੈਸਟੀਵਲ ਤੇ ਆ ਗਿਆ ਨੀ ਫਲ ਖਾਧੇ ਨੀ ਮੈਨੂੰ ਵੀ ਭੇਜਤਾ ਜੀ ਫਲ ਖਾਧੇ ਮੈਂ ਉਹ ਨਾ
ਉਹਨਾਂ ਨੇ ਯਾਰ ਕਿ ਕੇਲੇ ਬਹੁਤ ਰੱਖੇ ਕੇਲੇ ਜ਼ਿਆਦਾ ਰੱਖਦੇ ਆ ਔਰ ਜੈਨਵਨ ਗੱਲ ਆ ਬਾਂਦਰਾਂ ਨੂੰ ਐਪਰੀਸ਼ੀਏਟ ਕਰਦੇ ਬਾਂਦਰਾਂ ਦਾ ਫੈਸਟੀਵਲ ਹੁੰਦਾ ਵਾ ਨਾਲੇ ਉਸਤਾਦ ਜੀ ਇੱਕ ਹੋਰ ਮੈਸੇਜ ਸੀਗਾ ਆ ਜਿਹੜੇ ਲੋਕ ਮਜ਼ਾਕ ਕਰਦੇ ਨੇ ਨਾ ਬਾਂਦਰਾਂ ਨੂੰ ਸਿਗਰਟ ਪਲਾਉਂਦੇ ਨੇ ਧੂਆਂ ਮਾਰਦੇ ਨੇ ਉਹ ਵੀ ਤੇ ਇਹੀ ਕੁਝ ਕਰਦੇ ਉਹ ਕਿਹੜਾ ਚੰਗੇ ਹੁੰਦੇ ਉਸ ਤੋਂ ਵੱਡੇ ਡਰਾਮੇਬਾਜ਼ ਹੁੰਦੇ ਬਾਂਦਰ ਦੂਜੀ ਗੱਲ ਹੈ ਹੋਰ ਤੈਨੂੰ ਖਬਰ ਸੁਣਾਵਾਂ ਤੂੰ ਤੇ ਪਾਗਲ ਆ ਬਿੱਤਨ ਤਾਂ ਪਤਾ ਹੀ ਕੱਖ ਨਹੀਂ ਬੇਟਾ ਜੀ ਇੱਧਰ ਸੁਣੋ ਉਹ ਪਤਾ ਨਹੀਂ ਕਿਹੜੇ ਮੁਲਕ 'ਚ ਨਾ ਇੱਕ ਬੰਦੇ ਨੇ ਸ਼ਿਕਾਰ ਕੀਤਾ ਹਿਰਨ ਦਾ ਆਹੋ ਹਿਰਨ ਦਾ ਸ਼ਿਕਾਰ ਕੀਤਾ ਉਹਨਾਂ ਨੇ ਫੜ ਲਿਆ ਉੱਥੇ ਅਲਾਓ ਨਹੀਂ ਸੀ ਮਤਲਬ ਨਾ ਉਹ ਪਾਬੰਦੀ ਸੀ ਸ਼ਿਕਾਗੋ ਹਾਂ ਫੜ ਲਿਆ ਉਹਨਾਂ ਨੇ ਤੇ ਉਹਨੂੰ ਸਜ਼ਾ ਕੇ ਦਿੱਤੀ ਜੱਜ ਨੇ ਉਹਨੇ ਕਿਹਾ ਲਾਈਫ ਟਾਈਮ ਇਹਨੂੰ ਇੱਕ ਜਗ੍ਹਾ ਤੇ ਕਮਰੇ 'ਚ ਪਾ ਕੇ ਤੇ ਸਾਹਮਣੇ ਐਲਸੀਡੀ ਲਾ ਕੇ ਸਿਰਫ ਇਹਨੂੰ ਹਿਰਨ ਵਹਾਈ ਜੋ ਬਸ ਕਿੰਨੇ ਜਿੰਨੀ ਦੇਰ ਉਹਦੀ ਜ਼ਿੰਦਗੀ ਲਾਈਫ ਟਾਈਮ ਬਾਹਰ ਥੋੜੀ ਅੱਗੇ ਕਰਦੀ ਯਾਰ ਪਤਾ ਕੀ ਹੋਣਾ ਰੱਟ ਲੈਣੀ ਮਤਲਬ ਹਿਰਨ ਜਿਹੜਾ ਸ਼ਿਕਾਰ ਕਰ ਲਿਆ ਤੇ ਉਹਨੇ ਕਦੋਂ ਉਹਨਾਂ ਨੇ ਗੈਰ ਕਾਨੂੰਨੀ ਕੰਮ ਆ ਮੁਲਕਾਂ ਦੇ ਵਿੱਚ ਪਾਕਿਸਤਾਨ ਚ ਵੀ ਪਾਬੰਦੀ ਹੈ ਸਲਮਾਨ ਖਾਨ ਸਾਹਿਬ ਤੇ ਵੀ ਪਰਚਾ ਹੋਇਆ ਸੀ ਚਲਦੇ ਜਹਾਜ਼ ਚਲਾਉਂਦੇ ਦੇ ਵਿੱਚ ਫੋਨ ਕਰਕੇ ਤੇ ਰਿਜ਼ਾਈਨ ਦੇ ਦਿੱਤਾ ਸੀ ਉਹਨੇ ਕਿਹਾ ਜੀ ਮੈਂ ਨਹੀਂ ਕੰਮ ਕਰਨਾ ਸਵਾਰੀਆਂ ਜਾ ਕੇ ਬਹਿ ਗਿਆ ਆਰਾਮ ਨਾਲ ਅਖਬਾਰ ਪੜਨ ਲੱਗ ਪਿਆ ਜਹਾਜ਼ ਥੋੜਾ ਥੋੜਾ ਇੰਜ ਹੋਇਆ ਨਾ ਤੇ ਨਾਲ ਦੇ ਨੇ ਕਿਹਾ ਸਰ ਤੁਸੀਂ ਕੌਣ ਸਲਾਮ ਅਲੈਕੁਮ ਕੌਣ ਜੀ ਤੁਸੀਂ ਕਿਹਾ ਜੀ ਮੈਂ ਜਹਾਜ਼ ਦਾ ਪਾਇਲਟ ਹਾਂ ਤੇ ਉਹਨੇ ਕਿਹਾ ਜੀ ਹੁਣ ਉਹਨੇ ਕਿਹਾ ਹੁਣ ਜਵਾਬ ਦੇ ਦਿੱਤਾ ਉਹਨਾਂ ਨੇ ਦੇਖਿਆ ਜਹਾਜ਼ ਅਗੋ ਇੰਜ ਜਾ ਰਿਹਾ ਉਹਨੇ ਕਿਹਾ ਖਲੋ ਤੇਰੀ ਉਹਨੇ ਕਿਹਾ ਯਾਰ ਤੂੰ ਜਿੰਨੇ ਮਰਜ਼ੀ ਉਹਨੇ ਕਿਹਾ ਤੂੰ ਜਵਾਬ ਦੇ ਦਿੱਤਾ ਨਾ ਫ੍ਰੀ ਲਾਂਸ ਕਰ ਲਾ 15 ਮਿੰਟ ਸਿਰ 15 ਮਿੰਟ ਫ੍ਰੀ ਲਾਂਸ ਜੋਬ ਕਰ ਲਾ ਆਹੋ ਉਹ ਸਦਾ ਹੋਈ ਫੈਸਲ ਨੂੰ ਫੈਸਲ ਨੇ ਭਾਈ ਕਿਸੇ ਕੁੜੀ ਨੂੰ ਛੇੜਤਾ ਤੁਰੇ ਜਾਂਦੇ ਨੂੰ ਅੱਛਾ ਜੀ ਇਹਨੂੰ ਜੱਜ ਨੇ ਸਦਾ ਦਿੱਤੀ ਉਹਨੇ ਕਿਹਾ ਇਹਨੂੰ ਪੂਰੇ 24 ਘੰਟੇ ਇਹਨੂੰ ਕਮਰੇ 'ਚ ਬੰਦ ਕਰ ਦੇ ਉਹਦੇ ਲਾਗੇ ਇੱਕ ਮੂੰਹ ਵੇਖਣ ਵਾਲਾ ਸ਼ੀਸ਼ਾ ਰੱਖ ਦੇ ਇਹਨੇ ਕੁੜੀ ਨੂੰ ਛੇੜਿਆ ਹਰ 1 ਮਿੰਟ ਬਾਅਦ ਸ਼ੀਸ਼ਾ ਚੁੱਕ ਕੇ ਕਵੇ ਆਹ ਬਗੈਰਤਾ ਉਹਨਾਂ ਨੇ ਐਸੇ ਕਮਰੇ 'ਚ ਬੰਦ ਕੀਤਾ ਸੀ ਕਾਫੀ ਦਫਾ ਕਹਿਤਾ ਨਾ ਤੇ ਫਿਰ ਇੱਕ ਵਾਰੀ ਸ਼ੀਸ਼ਾ ਚੁੱਕ ਕੇ ਕਹਿੰਦਾ ਸਮਝ ਤੇ ਤੂੰ ਗਿਆ ਹੁਣ 5-6 ਦਿਨ ਬਾਅਦ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਹੁਣ ਮੇਰੀ ਗਾਲ ਬਦਲ ਦੋ ਇਹਨੇ ਫਿਰ ਐਪਲੀਕੇਸ਼ਨ ਲਿਖੀ ਇਹਨੇ ਕਿਹਾ ਯਾਰ ਮੈਂ ਥੱਕ ਗਿਆ ਮੈਂ 4 ਬੰਦੇ ਖਿਲਾ ਕੇ ਕਹਿ ਲਓ ਬਗੈਰ ਤਾਂ ਨਹੀਂ ਉਸਤਾਦ ਜੀ ਇਹ ਕੈਸੀ ਸਜ਼ਾ ਵਾ ਕਿ ਉਹਨੇ ਜਦੋਂ ਰਿਜ਼ਾਈਨ ਦੇ ਦਿੱਤਾ ਜਾਂ ਚੱਲਦੇ ਜਹਾਜ਼ ਤੇ ਉਹਨੇ ਕਦੇ ਦਿੱਤਾ ਮਗਰ ਨਹੀਂ ਦਿੱਤਾ ਨਹੀਂ ਨਹੀਂ ਉਹਨੇ ਇਹ ਨਹੀਂ ਕਿਹਾ ਹੋਣਾ ਉਹਨੇ ਇਹ ਕਿਹਾ ਹੋਣਾ ਵੀ ਭਾਈ ਮੇਰੇ ਵੱਲੋਂ ਰਿਜ਼ਾਈਨ ਆ ਮੈਂ ਉੱਤਰਦੇ ਹੀ ਦੌੜ ਜਾਣਾ ਤਾਂ ਜੀ ਨਹੀਂ ਉਹ ਕਹਿੰਦੇ ਤੁਸੀਂ ਦੱਸਣ ਦੇ ਵੀ ਚੱਲਦੇ ਜਹਾਜ਼ ਨਹੀਂ ਉਹ ਤਾਂ ਮੈਂ ਵੈਸੇ ਕਰ ਰਿਹਾ ਰਿਜ਼ਾਈਨ ਵਾਲੀ ਗੱਲ ਠੀਕ ਆ ਅੱਛਾ ਲੇਕਿਨ ਐਡਾ ਬੇਵਕੂਫ ਨਹੀਂ ਵੀ ਚੱਲਦੇ ਤਾਂ ਹਾਂ ਉਹਨੇ ਕਹਿਣਾ ਵੀ ਮੇਰੇ ਵੱਲੋਂ ਰਿਜ਼ਾਈਨ ਆ ਭਾਜੀ ਠੀਕ ਆ ਜੀ ਤੇ ਜਿੱਦਾਂ ਹੀ ਲੈਂਡਿੰਗ ਕਰਾਂਗਾ ਜਦੋਂ ਮੈਂ ਜਹਾਜ਼ 'ਚ ਉਤਰਾਂਗਾ ਤਾਂ ਮੈਂ ਫਿਰ ਤੁਹਾਡਾ ਇੰਪਲੋਈ ਨਹੀਂ ਹੈਗਾ ਮੇਰੇ ਕੰਮ ਵਾਲੇ ਕੱਪੜੇ ਸਹੀ ਫੜਾ ਦੇ ਆ ਕੰਮ ਵਾਲੇ ਕੱਪੜੇ ਜਹਾਜ਼ 'ਚ ਉਤਰੇ ਹੀ ਸਲਵਾਰ ਕਮੀਜ਼ ਪਾ ਗਿਆ ਫੈਸਲ ਭਾਈ ਉਤਰ ਸੌੜੀਓ ਦੇ ਸਿਗਰਟ ਲਾਉਂਦਾ ਆ ਰਿਹਾ ਪਾਇਲਟ ਲੱਗ ਗਏ ਦਰਾਨੇ ਪ੍ਰਵਾਸ ਅਸਤੀਫਾ ਦੇ ਕੇ ਪਿੱਛੇ ਸਵਾਰੀਆਂ 'ਚ ਬਹਿ ਗਏ ਉਹਨਾਂ ਨੇ ਕਿਹਾ ਕਿਰਾਇਆ ਦੇ ਹੋਏ ਹੈ ਨਹੀਂ ਸੀ ਉਹਨਾਂ ਨੇ ਬਾਹਰ ਸੁੱਟਤਾ ਪਾਇਲਟ ਲੱਗ ਗਿਆ ਉਹਨੂੰ 1 ਵਜੇ ਤੋਂ ਇਹਨਾਂ ਨੇ ਕੱਢ ਦਿੱਤਾ ਉਹਨਾਂ ਕਿਉਂ ਨਾਕੇ ਨਾ ਵਗਦੇ ਟਿਸ਼ੂ ਪੂਜ ਪੂਜ ਕਰ ਸੁੱਟੀ ਢੇਰ ਲਾਇਆ ਯਾਰ ਸਹੀ ਗੱਲ ਲੈ ਤੋਬਾ ਇਹ ਪਾਇਲਟ ਲੱਗ ਗਿਆ ਤੇ ਕਿਤੇ ਜਹਾਜ਼ ਖਿਲਾਰਿਆ ਅੱਡੇ ਤੋਂ ਬਾਹਰ ਤੇ ਉਹਦੇ ਤੇ ਪਰਾਂ ਦੇ ਸਲਵਾਰਾਂ ਸੁੱਕਣੇ ਪਾਈਆਂ
ਨਹੀਂ ਨਹੀਂ ਇਹਦੀ ਛੁੱਟੀ ਇਸ ਗੱਲ ਤੋਂ ਹੋਈ ਸੀ ਨਾ, ਇਹਨੇ ਕਿਹਾ ਜੀ ਮੈਂ ਕਾਰ ਟੇਪ ਲਾਉਣੀ ਅੰਦਰ, ਉਹਨਾਂ ਨੇ ਲਾਤੀ ਤੇ ਇਹਨੇ ਪਹਿਲੀ ਗਾਣਾ ਲਾਤਾ ਹੋਇਆ, ਜਾ ਜਾ ਵੇ ਜਾ ਝੂਠਿਆ, ਗੁਰਜਾਨ ਨੂੰ ਇੰਨੇ ਚ ਵੀ ਕਰ ਰਿਹਾ ਨਾਲ ਸਵਾਰੀਆਂ ਕੋਈ ਇੱਧਰ ਇੱਧਰ ਵੱਜ ਰਹੀ ਜਹਾਜ਼ ਦੇ ਅੱਗੇ ਆਪਣੇ ਮੁੰਡਿਆਂ ਦੇ ਨਾਂ ਲਿਖੇ ਹੋਏ ਵਿੱਚ ਸੇਲ ਝੋਨੂ ਸਹੀ ਗੱਲ ਕਹਿੰਦਾ ਤੈਨੂੰ ਪਤਾ ਕਦ ਤੋਂ ਪਾਇਲਟ ਨੇ ਜਵਾਬ ਦਿੱਤਾ, ਮੈਂ ਕਿਹਾ ਕਦ, ਕਹਿੰਦਾ ਉਹਦੇ ਮੁੰਡੇ ਦੀ ਤਬੀਅਤ ਖਰਾਬ ਤੇ ਉਹ ਛੁੱਟੀਆਂ ਮੰਗਣ ਦੇ ਆ। ਜਹਾਜ਼ ਦੀ ਪੂਛ ਤੇ ਨਾ ਛੋਟੇ ਮੁੰਡੇ ਦੀ ਛਿੱਤਰ ਛੋਟੀ ਜੁੱਤੀ ਵੀ ਬੰਨੀ ਨਾ, ਪਾਇਲਟ ਲੱਗ ਗਿਆ ਤੇ ਸਾਰਾ ਸਟਾਈਲ ਚਿੰਗ ਚੀ ਵਾਲਿਆਂ, ਉੱਚੀਆਂ ਪਹੁੰਚਿਆਂ ਵਾਲੀ ਸਲਵਾਰ ਪਾਈ ਤੇ ਹੱਥ ਚ ਐ ਕਰਕੇ ਛੋਟਾ ਰਿਮੋਟ MP3 ਵਾਲਾ ਬੜਿਆ ਜਹਾਜ਼ ਚਲਾ, ਕਾਲਜਾਂ ਦੀ ਚੱਪਲ ਪਾਈ ਤੇ ਅੱਡੇ ਤੇ ਜਹਾਜ਼ ਖਲਾਰਦਾ ਸੀ ਨਾ ਭਾਈ ਅੱਡੇ ਤੇ, ਤੇ ਉੱਥੇ ਬੱਸ ਦੀ ਹੱਥ ਬੈਲ ਲਵਾਈ ਢੁਣਨੋ 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 ਨਾਲ ਪੱਗ ਵੀ ਲਾਈ ਹੈਨਾ। ਅੱਛਾ ਕੰਡਕਟਰ ਵੀ ਉਦਾਂ ਦਾ ਰੱਖ ਲਿਆ ਨਾ ਨਾਲ, ਤੇ ਬਾਹਰ ਵੀ ਜਹਾਜ਼ ਦਾ ਉਹਦਾ ਸ਼ੀਸ਼ਾ ਨੀ ਨਾ ਡਰਾਈਵਰ ਵਾਲਾ, ਉਹਨੂੰ ਖੋਲ ਕੇ ਉਧਰ ਮੂੰਹ ਕਰਕੇ ਤਾਂ ਪੈਰ ਰੱਖ ਪੈਰ ਰੱਖ ਬਸ ਯਾਰ, ਉਹ ਜਹਾਜ਼ ਨੇ ਖਿਲਾਰਿਆ ਤੇ ਇਧਰੋਂ ਸਾਰਾ ਜਹਾਜ਼ ਲਾਲ ਸੁਰਖ ਹੋਇਆ, ਉਹਨਾਂ ਨੇ ਕਿਹਾ ਤੂੰ ਬੰਦਾ ਮਾਰ ਕੇ ਆਇਆ ਕਤਲ ਕਰਕੇ ਆਇਆ, ਕਹਿੰਦਾ ਨਹੀਂ ਨਹੀਂ ਪਾਨ ਖਾਂਦਾ ਯਾਰ ਕੀ ਵੈਸੇ ਰਬੜ ਲੱਭਣ ਦਿਆ ਪਾਇਲਟ ਸੀ ਤੇ ਚਵਲ ਹੀ ਸੀ ਪਿਛਲੀ ਸਵਾਰੀ ਨੂੰ ਕਹਿੰਦਾ ਬਾਜੀ ਬੱਚਾ ਝੋਲੀ ਚ ਕਰੋ, ਚਲੋ ਮੌਤ ਪੈ ਗਈ ਸਾਰੇ ਨੂੰ, ਵੇਖਿਆ ਏਡਾ ਠੱਗਿਆ ਜਹਾਜ਼ ਬਣਾਇਆ ਉਹ ਪਹਿਲੇ ਫੇਰੇ ਚ ਹੀ ਡਿੱਗ ਗਿਆ ਤੇ ਬਾਅਦ ਚੋ ਕਹਿੰਦੇ ਯਾਰ ਬਸ ਯਾਰ ਲੋਹਿਆ ਰਾਤ ਨੀ ਹੋਇਆ ਜਹਾਜ਼ ਲੈ ਪੁੱਲ ਬਕਵਾਸ ਪੁੱਲ ਬਕਵਾਸ ਜਹਾਜ਼ ਲੈ ਲਿਆ, ਉਹ ਕਿਸੇ ਏਅਰਲਾਈਨ ਨੇ ਨੀ ਆਪਣੇ ਨਾਲ ਲਾਇਆ ਤੇ ਉਹ ਇੱਕ ਟੀਚਰ ਨੂੰ ਕਿਰਾਏ ਤੇ ਦਿੱਤਾ ਉਹਨੇ ਵਿੱਚ ਅਕੈਡਮੀ ਬਣਾਈ ਜਹਾਜ਼ ਦੇ ਅੰਦਰ, ਨਹੀਂ ਇੱਕ ਜਹਾਜ਼ ਨੇ ਇੱਧਰ ਵੀ ਦਿੱਤਾ, ਇੱਥੇ ਇੱਕ ਪਾਰਕ ਬਣੀ ਉਹਦੇ ਅੰਦਰ ਮੈਂ 30,000 ਰੁਪਏ ਮਹੀਨੇ ਤੇ ਖਿਲਾ ਰਿਹਾ ਪਾਰਕ ਚ, ਆਹੋ ਨਹੀਂ ਨਹੀਂ ਉਹ ਤੇ ਮਹਿੰਗਾ ਵਾ, ਦੋ ਸਵਾਰੀਆਂ ਬਹਿ ਕੇ ਆਉਂਦੀਆਂ ਜਾਣ ਦੇ ਯਾਰ 1,000 ਵੱਧ ਲੈ ਲਈ ਜਾ ਕੇ ਰਸਤੇ ਚ ਲੱਭ ਜੂਗੀ ਯਾਰ ਉਹ ਤੋਰ ਯਾਰ ਅੱਗੋਂ ਮਿਲ ਜਾਣਗੀਆਂ ਵਾਪਸੀ ਭਰੀ ਲਿਆਈ ਆਹੋ ਏਅਰਪੋਰਟ ਤੇ ਫਿਰ ਰਹੇ ਆ ਪਾਇਲਟ ਪਾਇਲਟਾਂ ਦੇ ਜਿੱਥੇ ਬੈਠੇ ਹੁੰਦੇ ਨਾ ਸਾਰੇ ਚਾਹ ਪੀ ਲਓ ਤੇ ਜਾ ਕੇ ਰਹੇ ਯਾਰ ਸਾਲਮ ਜਾਣਾ ਭਾਈ ਪਾਕਿਸਤਾਨ ਦਾ ਫੇਰਾ ਲਾ ਹੀ ਨਹੀਂ ਰਿਹਾ ਜਦੋਂ ਬਾਹਰ ਲੈ ਗਿਆ ਨਾ ਇੱਕ ਵਾਰੀ ਜਹਾਜ਼ ਤੇ ਅੱਗੇ ਤੋਂ ਅੱਗੇ ਹੀ ਜਾ ਰਿਹਾ, ਮੈਂ ਕਿਹਾ ਜਾਂਦਾ ਨੀ ਪਾਕਿਸਤਾਨ, ਕਹਿੰਦਾ ਯਾਰ ਤਰੀਖ ਵਾਲਿਆਂ ਨੇ ਫੜ ਲੈਣਾ ਜਹਾਜ਼ ਕਿਸਤਾਂ ਕਿਸਤ ਛਾੜ ਰਹੀ ਯਾਰ ਜਹਾਜ਼ ਚ ਬੈਠਾ ਦਾ ਮੂੰਹ ਵੇਖ ਕੇ ਇਹਨੇ ਚੁੰਗੀ ਵਾਲਾ ਡੱਕ ਲਿਆ ਬਹਾਨਾ ਇਧਰ ਨੂੰ ਕਿਧਰ ਨੂੰ, ਕਹਿੰਦਾ ਯਾਰ ਅੱਗੋਂ ਖਲਾ ਪੁੱਟਿਆ ਉਹਨਾਂ ਨੇ ਐਵੇਂ ਬਹਾਨਾ ਲਾ ਰਿਹਾ ਪਿੱਕਾ ਜਿਹਾ ਉਧਰ ਜੰਪ ਬਹੁਤ ਨੇ, ਏਅਰ ਹੋਸਟਸ ਨੂੰ ਸਵਾਰੀ ਕਹਿੰਦੀ ਸ਼ਰ ਸ਼ਰ ਦੀ ਆਵਾਜ਼ ਕਾਹਤੋਂ ਆ ਰਹੀ, ਕਹਿੰਦੇ ਪਿਛਲੀ ਖਿੜਕੀ ਟੁੱਟੀ ਨਾ ਉੱਥੇ ਛਾਪਰ ਲਾ ਗਿਆ ਜਹਾਜ਼ ਫੁੱਲ ਇੰਜ ਉੱਤੇ ਲੈ ਗਿਆ, ਸਾਹਮਣੇ ਕਬੂਤਰ ਆਇਆ ਉਹਦੀ ਉਹਦੇ ਡਰ ਤੋਂ ਥੱਲੇ ਟੁੱਟ ਨਹੀਂ ਨਹੀਂ ਬਾਹਰ ਆ ਕੇ ਕਹਿੰਦਾ ਲਾਈਟੇ ਬੰਦ ਕਰਦੇ ਆ ਸਫ਼ਰ ਜੋ ਰਾਤ ਕਾ ਹੈ ਜੇ ਬੋ, ਸਾਰਿਆਂ ਨੇ ਲਾਈਟਾਂ ਬੰਦ ਕਰਤੀਆਂ, 2 ਘੰਟੇ ਬਾਅਦ ਲਾਈਟਾਂ ਚੱਲੀਆਂ ਤੇ ਕਿਸੇ ਦੀ ਜੇਬ 'ਚ ਕੋਈ ਪੈਸਾ ਨਹੀਂ, ਡਰਾਈਵਰ ਵਾਲੀ ਸੀਟ 'ਤੇ ਬੈਠਾ ਨਾਲ ਕਾਪੀ ਤਹਿ ਲਾ ਰਹੇ ਆ ਸਾਰੇ, ਅੰਦਰੋਂ ਕੁੰਡੀ ਲਾਈ ਸਾਰੇ ਬੂਹਾ ਖੜਕਾ ਰਹੇ ਪਾਇਲਟ ਬਾਸ ਵੀ ਪਾਇਲਟ ਬਣ ਗਿਆ ਭਾਈ, ਇੱਕ ਮੁਲਕ ਜਹਾਜ਼ ਲੈ ਕੇ ਗਿਆ ਵਾ ਤੇ ਰਸਤੇ 'ਚ ਇੰਨੇ ਐਕਸੀਡੈਂਟ ਕਰਾਏ ਉੱਥੇ ਉਹ ਪਰ ਨਹੀਂ ਪਹੁੰਚੇ ਇਕੱਲੀ ਗੁੱਲੀ ਗਈ ਤੁੱਕਾ 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 ਲੱਗ ਗਿਆ, ਐਸਾ ਪਾਇਲਟ ਨਹਿਸ਼ ਆ 25,000 ਫੁੱਟ ਦੀ ਬੁਲੰਦੀ ਤੇ ਜਾ ਕੇ ਹੈਂਡਲ ਛੱਡ ਦਿੰਦਾ ਸਵਾਰੀਆਂ ਨੂੰ, ਕਹਿੰਦਾ ਸਾਰੇ 1,000 ਰੁਪਇਆ ਦਿਓ ਨਹੀਂ ਤੇ ਮੈਂ ਨਹੀਂ ਫੜਿਆ, ਇੱਡਾ ਠੱਕਿਆ ਜਹਾਜ਼ ਲੈ ਆ ਉਹ ਭਾਈ ਐ ਕਰਕੇ ਉਤਰਨ ਦਿਆ ਤੇ ਥੋੜਿਆ ਨਾ ਟਾਇਰ ਖੋਲ ਲੈਂਦਾ
ਥੱਲੇ ਜਾ ਕੇ ਚੱਲਦੇ ਨੇ ਘੋੜੇ ਮਾਰਦਾ ਤਿਆਰ ਥੱਲੇ ਕਰਦੇ ਜਹਾਜ਼ ਮਿਲਿਆ ਤੇ ਇੰਨਾ ਪੁਰਾਣਾ ਮਾਡਲ ਉਹਨੂੰ ਅੱਗੇ ਟਰੱਕ ਦੀ ਬਾਡੀ ਲੱਗੀ ਅੱਛਾ ਜਹਾਜ਼ ਲਿਆ ਤੇ ਇੱਦਾਂ ਮਾੜਾ ਜਹਾਜ਼ ਜਿੱਦਾਂ ਜਾ ਕੇ ਥੋੜਾ ਜਿਹਾ ਉੱਡਿਆ ਨਾ ਤੇ ਉੱਥੇ ਕਹਿਣ ਡਿਆ ਬ੍ਰਾਜ਼ੀਲ ਵਾਲੇ ਬਾਰੀ ਚ ਹੋਈਓ ਬਈ ਇੱਟਾਂ ਟੱਕਿਆ ਜਹਾਜ਼ ਲਿਆ ਥੱਲੇ ਮਾਰੀ ਜੀ ਨਿੱਕੀ ਜੀ ਮੰਜੀ ਵੀ ਬੰਨੀ ਆਹੋ ਮਰੇ ਜਹਾਜ਼ ਸੀਗਾ ਕਿ ਟਰੈਕਟਰ ਸੀਗਾ ਚਲਾ ਮਾਰਦੇ ਪਏ ਗਏ ਚੰਗੀ ਭਲੀ ਇਨਫੋਰਮੇਸ਼ਨ ਦੇ ਰਹੇ ਕਿਹੜੇ ਆਪਣਾ ਜਹਾਜ਼ ਲਾਇਆ ਤੇ ਏਅਰਪੋਰਟ ਤੇ ਰਾਤ ਨੂੰ ਫੇਰਾ ਲਾ ਕੇ ਆ ਕੇ ਤੇ ਆਪਣਾ ਵੱਖਰਾ ਸੰਗਲ ਬੰਨ ਕੇ ਜਹਾਜ਼ ਨੂੰ ਜਹਾਜ਼ ਦੀ ਪੌੜੀ ਥਣੀ ਬੋਰੀਆਂ ਗੰਡਿਆਂ ਦੀਆਂ ਰੇੜ ਥੱਲੇ ਆ ਰਹੀ ਉਹ ਤੇ ਹੁੰਦੀਆਂ ਨੇ ਉਹ ਤੇ ਹੁੰਦੀਆਂ ਇਹਨਾਂ ਦੀ ਵੀਡੀਓ ਵੀ ਵਾਇਰਲ ਹੋਈ ਸੀ ਜਦੋਂ ਆਪਣੇ ਜਹਾਜ਼ ਤੇ ਦੁਆੜੇ ਸੁੱਟਣ ਦੇ ਨਹੀਂ ਉਹ ਜਾਂਦੇ ਜਾਂਦੇ ਐ ਕਰਕੇ ਜਹਾਜ਼ ਉਤਰੇ ਤੇ ਪਰਾਂ ਨਾਲ ਕੈਨਾਂ ਦੋਦੀਆਂ ਦੀ ਜਿਹੜੀ ਮੈਟਰੋ ਚ ਨੀ ਭਾਈ ਮਜ਼ਦੂਰਾਂ ਵਾਲੀ ਸੀਟ ਹੁੰਦੀ ਉੱਤੇ ਬਹਿ ਗਿਆ ਮੈਂ ਕਿਹਾ ਤੈਨੂੰ ਕੀ ਆ ਕਹਿੰਦਾ ਮੈਂ ਬੋਲਾ ਵਾ ਵੱਡੇ ਸ਼ਾਪਰ ਚ ਨਾ ਪਤਾ ਨੀ ਕੀ ਪਾ ਕੇ ਤੇ ਆਪਣੀ ਸੀਟ ਦੇ ਆਪਣੇ ਉੱਤੇ ਰੱਖ ਕੇ ਨਾ ਅੰਦਰ ਵਾੜ ਕੇ ਤੇ ਥੱਲੇ ਬਹਿ ਗਿਆ ਤੇ ਹੌਲੀ ਹੌਲੀ ਜਹਾਜ਼ ਵਾਲਿਆਂ ਦਾ ਸਾਹ ਬੰਦ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੇ ਕਿਹਾ ਕੀ ਆ ਉੱਠ ਕੇ ਦੇਖਿਆ ਤੂੰ ਓਜਰੀ ਉਹਦੇ ਚ ਤੇ ਉਹ ਵੀ ਪਾਰਟੀ ਪੂਰਾ ਜਹਾਜ਼ ਬਰਬਾਦ ਕਰਦਾ ਜਿਨੇਵਾ ਜਾਂਦੇ ਆ ਮੈਂ ਕਿਹਾ ਇਹ ਕਿੱਥੇ ਕਹਿੰਦਾ ਦੁਬਈ ਮੇਰੇ ਵੱਡਾ ਭਾਈ ਆ ਉਹ ਕਹਿੰਦਾ ਸੀ ਮੈਂ ਓਜਰੀ ਖਾਣੀ ਉੱਥੇ ਲੈ ਕੇ ਮਾਮਾ ਸਾਫ਼ ਕਰਕੇ ਲਿਜਾ ਹੈਲੀਕਾਪਟਰ ਹੈਲੀਕਾਪਟਰ ਲੈ ਲਿਆ ਫੈਸਲ ਭਾਈ ਨੇ ਤੇ ਸਾਂਗਲੇ ਪਹਾੜੀ ਤੇ ਖਲਾਰ ਕੇ ਥੱਲੋਂ ਟਿਕਟਾਂ ਦੀ ਡੱਬੀ ਲੈ ਕੇ ਜਾ ਕਤਰ ਚੱਲਾ ਭਾਈ ਬਰਾਸਤਾ ਦੁਬਈ ਜਹਾਜ਼ ਇਹਦਾ ਤੇ ਹੋਸਟਸ ਦੁਬਈ ਤੇ ਲੈ ਕੇ ਜਾ ਕੇ ਪੁੱਛਣ ਦੀ ਦੁਬਈ ਕੋਈ ਹੈ ਕੋਈ ਵੀ ਨਹੀਂ ਬੋਲਿਆ ਤੇ ਕਹਿੰਦੀ ਜਾਣਦੇ ਆ ਕੋਈ ਵੀ ਨਹੀਂ ਲੈ ਯਾਰ ਜਹਾਜ਼ ਤੋਂ ਬਾਅਦ ਰੋਜ਼ ਦੀਆਂ ਗੱਲਾਂ ਕਰਨ ਦੇ ਯਾਰ ਯਾਰ ਜੇ ਨਾਲੇ ਜਹਾਜ਼ ਚਲਾਉਣ ਦੇ ਨਾਲੇ ਭੁੱਲੇ ਗਾਣ ਡਿਆ ਉਹ ਭੁੱਲੇ ਡੁੱਟਸ ਵਿੱਚ ਸਵਾਰੀਆਂ ਦੇ ਮੂੰਹ ਦੇ ਬੱਚੇ ਭਾਈ ਪਤਾ ਨੀ ਕਿਹੜੇ ਇਲਾਕੇ ਚ ਜਹਾਜ਼ ਪੈ ਗਿਆ ਵੱਡਾ ਛਾਪਰ ਆ ਗਏ ਜਿੱਥੇ ਇਹਦਾ ਵਿਊ ਸੀ ਨਾ ਉਹਦੇ ਅੱਗੇ ਆ ਆਪ ਇੰਜ ਖਰੋਤਾ ਵਾ ਵੈਡਲ ਇੱਧਰ ਤੇ ਚਲਾਇਆ ਇੰਜ ਰਿਹਾ ਸ਼ੀਸ਼ੇ ਤੁਹਾਡੀ ਤੋੜ ਮਾਰੀ ਨਹੀਂ ਇੱਧਰ ਜਿੱਥੇ ਛਾਪਰ ਮੁੱਕਦਾ ਸੀ ਸਾਹਮਣੇ ਛਾਪਰ ਭੱਜ ਗਿਆ ਉਹਨੂੰ ਨਜ਼ਰ ਨਹੀਂ ਆ ਰਿਹਾ ਅੱਛਾ ਦੁਬਈ ਜਾ ਕੇ ਤੇ ਜਹਾਜ਼ ਬੈਕ ਕਰਨ ਡਿਆ ਜਪਾਨ ਨੂੰ ਮੂੰਹ ਕੱਢ ਕੇ ਇਹ ਨੋਟਸ ਨੂੰ ਕਹਿੰਦੇ ਆ ਤੇਰਾ ਬੈਕ ਕਰਾ ਜਹਾਜ਼ ਵਿੱਚ ਥੱਕਿਆ ਜਹਾਜ਼ ਲੈ ਇੱਕ ਤਾਰ ਖਿੱਚ ਕੇ ਉਹਨੂੰ ਚਲਾਉਂਦੇ ਆ ਕਹਿੰਦਾ ਯਾਰ ਉਹ ਕਲਾਚ ਵਾਲੀ ਤਾਰ ਟੁੱਟ ਗਈ ਪਾਇਲਟ ਸੀਗਾ ਤੇ ਨੇਚਰ ਬੜੀ ਭੈੜੀ ਸੀ ਕੋਈ ਪਾਇਲਟ ਨਾ ਏਅਰਪੋਰਟ ਦਾ ਸਟਾਫ ਇਹਨੂੰ ਮੂੰਹ ਨਹੀਂ ਸੀ ਲੈਂਦਾ ਉੱਧਰ ਲਿਜਾ ਕੇ ਜਹਾਜ਼ ਦੀ ਛਾਂ ਚ ਲੰਮੇ ਪੈ ਜਾਂਦੇ ਗਡੇਰੀਆਂ ਰੱਖੀਆਂ ਨਾਲ ਨਾਲ ਚਲਾ ਰਿਹਾ ਨਾ ਤੇ ਸ਼ੀਰੇ ਨਾਲ ਹੱਥ ਹੈਂਡਲ ਵੀ ਗਿੱਲਾ ਕੀਤਾ ਸਾਰਾ ਚਿਪ ਚਿਪ ਹੋ ਰਿਹਾ ਤੇ ਹਟ ਨਹੀਂ ਰਿਹਾ ਤੇ ਮੁੜਨ ਨਹੀਂ ਡਿਆ ਸੀ ਉਹਨਾਂ ਨੇ ਕਿਉਂ ਨੀ ਮੁੜਨ ਡਿਆ ਕਹਿੰਦਾ ਉਹ ਤੇਲ ਲੱਗਾ ਹੱਥ ਨੂੰ ਤਿਲਕੀ ਜਾਣ ਡਿਆ ਪਾਇਲਟ ਹੁੰਦਾ ਸੀ ਸ਼ਾਰਟ ਪਾ ਕੇ ਤੇ ਐਵੇਂ ਖਾਪਾ ਤੀ ਉੱਤੇ ਕੌਣ ਅੱਛਾ ਸਾਨੂੰ ਜੰਜ ਜੰਜ ਵੀ ਲੈ ਜਾਂਦਾ ਸੀ ਬੱਗੀ ਟੈਪ ਜਿਹਾ ਬਣਾਇਆ ਨਹੀਂ ਯਾਰ ਬਰਾਤਾਂ ਗਈਆਂ ਵੇ ਕਿਹੜੀ ਬਰਾਤ ਅੱਜ ਤੱਕ ਤੋਂ ਬਰਾਤ ਜਹਾਜ਼ ਹੀ ਗਈ ਆ ਯਾਰ ਮੇਰੇ ਉਹ ਦੋਸਤ ਹੈਗੇ ਨੇ ਉਹ ਜੜਾ ਵਾਲੇ ਉਸਤਾਦ ਜੀ ਉਹਨਾਂ ਦੇ ਬੇਟੇ ਦੀ ਬਰਾਤ ਕਾਪਟਰ ਤੇ ਗਈ ਆ ਓਏ ਆਹੋ ਜਾਂਦੀ ਲੋਕ ਨੇ ਰੈਂਟ ਤੇ ਮਿਲ ਜਾਂਦੇ ਆ ਰੈਂਟ ਤੇ 10000 ਰੁਪਏ ਘੰਟਾ ਨਹੀਂ ਹੈਲੀਕਾਪਟਰ 10000 ਰੁਪਏ ਘੰਟਾ ਉਹ ਪ੍ਰਾਈਵੇਟ ਜੈਟ ਵੀ ਮਿਲ ਜਾਂਦੇ ਉਹ ਛੋਟੇ ਜੈਟ ਉਹ ਵੀ ਮਿਲ ਜਾਂਦੇ ਯਾਰ 10000 ਰੁਪਏ ਘੰਟੇ ਤੇ ਮੈਂ ਤੈਨੂੰ ਲੈ ਦਿੰਦਾ ਹੈਲੀਕਾਪਟਰ ਹੈਲੀਕਾਪਟਰ ਹਾਂਜੀ ਹੈਲੀਕਾਪਟਰ ਨਹੀਂ ਨਹੀਂ 10000 ਘੰਟੇ ਸਹੀ 10000 ਰੁਪਏ ਨਹੀਂ ਨਹੀਂ ਜਾਣਾ ਤੁਸੀਂ ਮੈਂ ਜਾਣਾ ਚੱਲ ਜਾ ਚਲੋ ਲਿਆਓ 10000 ਤੂੰ ਹੈਲੀਕਾਪਟਰ ਲੈ ਮੈਂ ਨਾ 10000 ਰੁਪਏ ਘੰਟੇ ਦਾ ਦਵਾਂ ਉਸਤਾਦ ਜੀ ਤੁਸੀਂ ਮੈਨੂੰ 10000 ਰੁਪਏ ਦੋ ਨਾ ਹੈਲੀਕਾਪਟਰ ਆ ਫੇਰ ਕਹਿਣਾ ਓਏ ਹਿਸਾਬ ਨਾਲ ਤੇ ਮੈਂ ਪਤਾ ਨਹੀਂ ਕਿੰਨੇ ਜਾਣੇ ਨੇ 10000 ਹੈ ਨਾ ਕਮ ਸੇ ਕਮ ਏਅਰ ਐਵੀਏਸ਼ਨ ਵਾਲਿਆਂ ਨੇ ਪੈਸੇ ਨਹੀਂ ਲੈਣੇ ਭਾਈ ਜਾਨ ਚੰਗੀ ਗੱਡੀ 10000 ਰੁਪਏ ਘੰਟੇ ਤੇ ਨਹੀਂ ਮਿਲਦੀ ਨਹੀਂ ਮਿਲਦੀ ਕਿਹੜੀ ਦਿਮਾਗ ਖਰਾਬ ਹੋ ਗਿਆ ਹੈ ਨਾ ਹਵਾ ਦੀ ਇਜਾਜ਼ਤ ਨਾ ਮਿਲੀ ਉਹ ਪੈਸੇ ਲੈਂਦੇ ਨੇ ਹਾਂਜੀ ਉਸਤਾਦ ਜੀ ਤੁਹਾਡਾ ਲਾਇਸੈਂਸ ਬਣਿਆ ਹੋਇਆ ਨਾ ਹਾਂ ਤੇ 10000 ਰੁਪਏ ਲੱਗਣੇ ਤੇ ਚਲਾਉਣਾ ਮੈਂ ਚਲਾਉਣਾ ਚਲਾਉਣਾ ਵੀ ਮੈਂ ਚਲਾਉਣਾ ਵੀ ਤੁਸੀਂ ਉਸਤਾਦ ਸੈਲਫ ਤੇ ਜਹਾਜ਼ ਮਿਲੇਗਾ ਉਹਨੇ ਉਹ ਵਾਕਫ ਹੈਗੇ ਨੇ ਨਾ ਜਹਾਜ਼ ਕੇ ਹੈਲੀਕਾਪਟਰ 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 ਕਾਪਟਰ ਹੈਲੀਕਾਪਟਰ ਉਸ ਤੋਂ ਬਾਅਦ ਇੱਕ ਦੋਸਤ ਹੈਗਾ ਉਹਦਾ ਪ੍ਰਾਈਵੇਟ ਜੈਟ ਹੈ ਭਾਈ ਜਾਨ 10000 ਰੁਪਏ ਘੰਟੇ ਦੇ ਹੈਲੀਕਾਪਟਰ ਇੱਥੇ ਮਿਲ ਜਾਵੇ ਨਾ ਤੇ ਮੈਂ ਕਹਿੰਦਾ ਦੁਬਈ ਫਿਰ ਜਾਵੇ ਸਹੀ ਗੱਲ ਹਰ ਬੰਦੇ 1 ਘੰਟਾ ਇਦਾਂ ਹੀ 1 ਘੰਟੇ ਚ ਤੂੰ ਆਰਾਮ ਨਾਲ ਲਾਹੌਰ ਪਹੁੰਚ ਜਾਣਾ ਵਾ ਸਹੀ ਗੱਲ ਪੰਜਾਂ ਜਣਿਆਂ ਨੇ ਬਹਿ ਕੇ ਨਹੀਂ ਪੰਜਾਂ ਜਣਿਆਂ ਨੇ ਪਰ ਬੰਦਾ
हेलीकॉप्टर देता पहले दिन ही मार लिया भला क्यों शीशे अगे अबू की तस्वीर वड्डी कर के डाया वो तो पहाड़ च बज गया परचा कराता क्यों हेलीकॉप्टर भाई भारी च मारता वो अगे कि शीशे च बाज बजा खून का शीशा सारा पिंज नजर ही नहीं पखा ओ पखा चला चला मजा ले जा रहा गर्मी च बस घर के उपरों छत खत्म करा के तो उत्ते हेलीकॉप्टर खिला रहा सारी रात पक्का चल रहा थले बच्चे सुते दादू अपना दुध का प्याला चुकी है ना फैसल पुत पक्का चला के ठंडा कर दे इन्होंने हेलीकॉप्टर इस कमे लाया सी भी तेरी सोच है यकीन कर थारे के इन्हें भाई वेरे च लाया या हेलीकॉप्टर ओ भाई हवा ने दादे दी धोती खिंच अच्छा हेलीकॉप्टर डाउन दिया वा ते नाल छोटे सिलेंडर विच नाल परांठे बनाउन दिया फैमिली लेके जा रहे हैं ते बच्चन कहता सर्दी लग रही ते पखा ऐसा करता पखा ऐसा कितों थले आना शुरू सुबह 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 भाई फैसल दे भाई ने भाई हेलीकॉप्टर स्टार्ट किया बूए तो इन कहता आया उन्होंने कह लगा एक मिनट उंगली ला तू उंगली लाती हो हेलीकॉप्टर ने कैजुअल जो बनाया सी ओहदे च परौने सुते होंदे रात दो सवारियां लैके जा रहा माड़ा जा तेल मुका लम्मे पा के उन्होंने कहता टायर तू करो टेढ़ा करके खलोता पंप तक पहुंच जाए कहना अच्छा इतने वड्डा पटा पा के पेट्रोलिंग शीशियां फसाइया इन्ना थकिया हेलीकॉप्टर लै ओन स्टार्ट करता से घूम के फिर बंद हो जाता उत्ते हेलीकॉप्टर लिया घर सिर्फ इस काम लिए रखे भी साग कट दे चला गया थले मशीन ला के कीमा करना भी रुपए लैके पिछड़ो सवार साइड तो कीमा पा के अगो गड्डी चा रहा सारा हेलीकॉप्टर जाया करा रहा एक सीरी बना बैठा वो पार्विंग गड्डी वाली बोटी चली गई उन्हें सारा अंदर पार्विंग कर देर तू धर्म कर ही लेने वैसे गड्डी जी बग्गी जी मेरा ख्याल 5000 रुपया ला लेंदी दो घोड़े 5-10 हज़ार रुपया पाए ना जी वड्डी गड्डी है ना मतलब लैमोजीन टाइप तुसी दो घंटे वास्ते शादी ते लवो ना तो वो 1-1.5 लाख रुपया ला लेंदे 40,000 रुपया घंटा ओदा रेट भाई फैसल ने इलेक्शन दे दिन सी जदों होया मेनू याद लैमोजीन दा 40,000 रुपया घंटा ए पाए ना हेलीकॉप्टर दा 10,000 घंटा कही जांदे बिल्कुल पाए ना पाए ना 10,000 रुपया घंटा होवे ना ते लोकी आम तुरे फिरन गलती होगी बनाई फैसल होना ने भाई घोड़े मंडी आले पाए करके दूल्हा दुल्हन बैठे मंडी जला जाके गिजे ही काफी लंबा पर वेखना पूरा ही है चंगा माड़ा ताड़ा ही है ना किस टाइम हो जाता हिसाब का असल च ना पता की हो गया मैं तुम दसा गर्मी बहुत हो गई पक्के सानू बंद करने पेंदे ए सी हाले कल परसों बंदे ने आके फिट करने सारे इस तो ना मैं भी आवाज आ रही जी होंगी पसीना आंदे तो दिमाग नहीं सही काम कर थोड़ा जा प्रोग्राम भी थोड़ा जा तैयारी तो कर दे नहीं मेरे ते पाया मैं ही माफिया मंगा मैं ही सारा कुछ करा मैं ही सोरिया करा
ਤੁਹਾਡਾ ਬੇੜਾ ਗਰਕ ਹੋਵੇ ਤੁਹਾਡਾ ਯਾਰ ਇਹ ਕਰਦੇ ਨਹੀਂ 90 ਲੱਖ ਤੁਹਾਨੂੰ ਆਣਾ ਮੈਨੂੰ ਨਹੀਂ ਆਣਾ ਸਾਡ ਪੱਕੇ ਹਾਂ ਸਹੀ ਗੱਲ ਸਹੀ ਗੱਲ ਏਦਾਂ ਵਾਲਾ ਕੌਣ ਕਰਦਾ ਮੈਂ ਇੱਕ ਮੀਮ ਚ ਲੱਗਾ ਦਾ ਹਾਂ 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 ਸਹੀ ਕਹਿ ਰਿਹਾ ਸਹੀ ਕਹਿ ਰਿਹਾ ਹਾਂ 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 ਯਾਰ ਵਾਹ अच्छा नाले पौनी नहीं सी इन्हां दे कंध चों ना इन्ना सरिया बाहर आया सलवार उत्थे लै जांदे सी उस सरिये दे इंज पूरी चला के दूजी साइड तों फड़ के सलवार ला लैंदे दस यार यकीन कर यार इदां वैसे हुंदा आहो सारा टब्बर उत्थे सी सारा महला उत्थों नाले पाउंदा सी ओह कंध चों इन्ना बाहर आया सी उहनूं रेग मार 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 के नरम कीता ओहदे अगे नाला पाने के ना सलवार इंज करी जांदे सी सारी करके उधरों नाला कट के पूरी ला के आ जांदे सी मोटे दरा ਇਹਨਾਂ ਦੇ ਘਰ ਨਾਲਾ ਪਾਉਣੀ ਨਹੀਂ ਸੀਗਾ ਇਹ ਨੇ ਫਿਰ ਚੇਪੀ ਵਾਲੇ ਲਵਾਉਂਦੇ ਮੈਂ ਤਾਂ ਚੁੱਕ ਕੇ ਫਿਰ ਨਾਲਾ ਲਾ ਕੇ ਫੇਰ ਬੰਦ ਥਰਮਾਮੀਟਰ ਨਾਲ ਨਾਲਾ ਪਾਈ ਜਾਂਦਾ ਯਕੀਨ ਕਰ ਥਰਮਾਮੀਟਰ ਰੱਖਿਆ ਨਾਲਾ ਪਾਉਣ ਲਈ ਇਹ ਕਰਕੇ ਆਹੋ ਨਾਲੇ ਨੇਫਾ ਵੀ ਜੇ ਸਾਰਾ ਨਾਲਾ ਪਾ ਕੇ ਐਂਡ ਕਰ ਰਿਹਾ ਸਾਡੇ ਘਰ ਨਹੀਂ ਹੈ ਨਾਲਾ ਪਾਉਣੀ ਮੇਰੇ ਮੂੰਹ ਚ ਨਾਲਾ ਦੇ ਕਹਿੰਦੇ ਉਧਰੋਂ ਦੀ ਬਾਹਰ ਆਏ ਆਹੋ ਸਹੀ ਇਹ ਨਾਲਾ ਭਲਾ ਕਿੱਦਾਂ ਪਾਉਂਦੇ ਕਿੱਦਾਂ ਛੁਰਲੀ ਨੂੰ ਅੱਗ ਲਾ ਕੇ ਉਹਦੇ ਨਾਲ ਨਾਲਾ ਬੰਨ ਦਿੰਦੇ ਵਿੱਚੋਂ ਦੀ ਫਿਰ ਕੇ ਲੈ ਵਾਹ ਵਾਹ ਬਸ ਐਂਡ ਕਰ ਦੇ ਨਹੀਂ ਸਾਜੀ ਗੋਲੀ ਵਾਲੀ ਗੱਲ ਵਾਕਿਆ ਤੁਹਾਨੂੰ ਯਕੀਨ ਨਹੀਂ ਆਇਆ ਕਿਹੜੀ ਉਹ ਗੱਟੀ ਵਾਲਾ ਜਿਹੜਾ ਬੰਦਾ ਉਹ ਨਹੀਂ ਉਹਨੇ ਜਾ ਕੰਮ ਕਰ ਹੁਣ ਤੁਹਾਡਾ ਨਾਮ ਲਿਖਵਾਵਾਂ ਲਹਾਲਾ ਮੇਰਾ ਨਾਲ ਹਾ ਉਹ ਪਾਦ ਕਰੋ ਸਾਜੀ ਮੈਂ ਉਹਨੂੰ ਐ ਕਿਹੜਾ ਤਰ੍ਹਾਂ ਤੁਹਾਡੀ ਜ਼ਿੰਦਗੀ ਦੀ ਦੁਆ ਮੰਗੀ ਤੁਸੀਂ ਹੁਣ ਕਿਉਂ ਉਹ ਯਾਰ ਤੂੰ ਲਹਾਲਾ ਮੇਰਾ ਨਾਮ ਤੁਸੀਂ ਖਜਾਂਡੇ ਜ਼ਿੰਦਗੀ ਮੌਤ ਰੱਬ ਦੇ ਆਚਾ ਗੱਟੀ ਐਡੀ ਕਿਤੇ ਗੱਟੀ ਸ਼ਫਾਕਾ गोली तुरी जांदी आ गोली बाहर बह जांदी आ गोली डीकदी आ व्याह ते गया गोली अद्धी डब्बी सिगरेटा नहीं पी जांदी इंतजार च ਜਿਹੜਾ ਉਸ ਬੰਦੇ ਨੇ ਤਜਰਬਾ ਕੀਤਾ ਨਾ ਪਹਿਲਾ ਇੱਕ ਬੰਦੇ ਨੂੰ ਗੋਲੀ ਉਹਨੇ ਭੇਜੀ ਉਹ 4 ਘੰਟੇ ਗੋਲੀ ਜ਼ਲੀਲ ਹੋ ਕੇ ਆ ਕੇ ਉਹਨੂੰ ਕੁੱਟਣ ਲੱਗ ਪਈ ਕਹਿੰਦੀ ਪਹਿਲੇ ਕਨਫਰਮ ਤੇ ਕਰ ਲਿਆ ਕਰ ਅਗਲਾ ਹੈਗਾ ਕਿ ਨਹੀਂ ਮੈਂ ਧੁੱਪੇ ਮਰ ਗਈ 4 ਘੰਟੇ ਬੋਤਲ ਪੀਂਦੀ ਆ ਰਹੀ ਗੋਲੀ ਪੈਪ ਨਾਲ ਬੋਤਲ ਪੀਂਦੀ ਆ ਕਨਫਰਮ ਤੇ ਆਉਂਦੇ ਹੀ ਗੋਲੀ ਆ ਕੇ ਕਰ ਰਹੀ ਹੈ ਸਾਜੀ ਆ ਤੁਸੀਂ ਮਾੜਾ ਕਰ ਲਿਆ ਕਨਫਰਮ ਤੇ ਕਰ ਲਿਆ ਉਹ ਅਗਲਾ ਹੈਗਾ ਹੀ ਨਹੀਂ ਉਹ ਕੰਮ ਗਿਆ ਵਾ ਤੂੰ ਮੈਨੂੰ ਇੱਥੇ ਭੇਜਦਾ ਲੋਕੇਸ਼ਨ ਕਰਾਚੀ ਦੀ ਪਾਓ ਕਰਾਚੀ ਆ ਉੱਥੇ ਲੋਕੇਸ਼ਨ ਪਾਈ ਨਾ ਤੇ ਗੋਲੀ ਅੱਗੇ ਨਿਕਲ ਗਈ ਸੀ ਕੋਈ ਉਹ ਫਿਰ ਬਾਅਦ ਚ ਉਹਨੇ ਫੋਨ ਕੀਤਾ ਗੋਲੀ ਨੂੰ ਵੀ ਕਿੱਥੇ ਆ ਉਹਨੇ ਕਿਹਾ ਮੈਂ ਇੱਥੇ ਹੈਗੀ ਠੱਠੇ ਦੇ ਕੋਲ ਉਹਨੇ ਕਿਹਾ ਪਹਿਲੇ ਸਿਗਨਲ ਡਾਊਨ ਹੋ ਗਏ ਸੀ ਲੋਕੇਸ਼ਨ ਗਲਤ ਹੋ ਗਈ ਮੈਂ ਪਤਾ ਨਹੀਂ ਕਿਹਨੂੰ ਵੱਜ ਗਈ ਹੈ ਜਾ ਕੇ ਨਹੀਂ ਨਹੀਂ ਉਹ ਠੱਠੇ ਸਮੁੰਦਰ ਤੇ ਬੈਠੀ ਰਹੀ ਬਾਬਾ ਦੇ ਨਾਲ ਅੱਛਾ ਜੀ ਨਾਦਰੀ ਨਾਲ ਬਸ ਕਰੋ ਅੱਗੇ ਵੀ ਫੇਕ ਪਾਉਣਾ ਹੀ ਤੇ ਗੋਲੀ ਨੇ ਵੇਖਿਆ ਵੀ ਉਹ ਚੱਲਣ ਦੇ ਆ ਭਾਈ ਆਹੋ ਅੱਗੇ ਵੀ ਸਾਡ ਨਹੀਂ ਚੱਲਿਆ ਭਾਈ ਤੁਹਾਡੀ ਕਿਸਮਤ ਅੱਲਾਹ ਹਾਫਿਜ਼ ਅੱਲਾਹ